ਸੱਚ ਦੇ ਕਾਲਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ 1 ਜੂਨ ਹੈ ਦਿਨ ਮੰਗਲਵਾਰ ਹੈ ਅੱਜ ਤੋਂ ਲੈ ਕੇ 6 ਜੂਨ ਤੱਕ ਯਾਨੀ ਕਿ 1 ਤੋਂ 6 ਜੂਨ ਤੱਕ ਸਿੱਖ ਕੌਮ ਦੇ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੂਰੇ ਦੇਸ਼ ਦੇ ਵਿੱਚ 40 ਤੋਂ ਵੱਧ ਗੁਰੂ ਘਰਾਂ ਤੇ ਕੀਤੇ ਭਾਰਤੀ ਫੌਜ ਦੇ ਹਮਲੇ ਦੀ ਵਰਸੀ ਮਨਾਈ ਜਾਵੇਗੀ ਜੂਨ ਦਾ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਜਿਸ ਨੂੰ ਅੰਤਾਂ ਦੀ ਗਰਮੀ ਦੇ ਕਹਿਰ ਦਾ ਮਹੀਨਾ ਮੰਨਿਆ ਜਾਂਦਾ ਹੈ ਪਰ ਇਸ ਵਾਰ ਮੌਸਮ ਕੁਝ ਵੱਖਰਾ ਦਿਖਾਈ ਦੇ ਰਿਹਾ ਹੈ ਕੱਲ ਰਾਤ ਲੰਗੀ ਰਾਤ ਵੀ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਕਾਫੀ ਮੀਂਹ ਪਿਆ ਹੈ ਝੱਖੜ ਤੇ ਤੂਫਾਨ ਹੈ ਜਿਹੜਾ ਉਸਨੇ ਵੀ ਆਪਣਾ ਰੰਗ ਦਿਖਾਇਆ ਹੈ ਪਿਛਲੇ ਦਿਨੀ ਸ਼ਨੀਵਾਰ ਨੂੰ ਵੀ ਤੇਜ਼ ਝੱਖੜ ਮੀਂਹੇਰੀ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਰੁੱਖਾਂ ਨੂੰ ਜੜੋਂ ਹੀ ਉਖਾੜ ਕੇ ਪੱਟ ਦਿੱਤਾ ਸੀ ਲੰਗੀ ਰਾਤ ਇੰਨਾ ਤੇਜ਼ ਝੱਖੜ ਤਾਂ ਨਹੀਂ ਦੇਖਿਆ ਗਿਆ ਪਰ ਮੀਂਹ ਕਾਫੀ ਤੇਜ਼ ਪਿਆ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੌਸਮ ਜ਼ਰੂਰ ਠੀਕ ਹੋ ਗਿਆ ਹੈ ਠੰਡਕ ਲੋਕਾਂ ਨੂੰ ਜ਼ਰੂਰ ਮਿਲੀ ਹੈ ਹਾਲਾਂਕਿ ਝੱਖੜ ਦੇ ਨਾਲ ਜਿਹੜਾ ਹੈਗਾ ਚੋਬੀ ਚੌਂਪੜੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਤਕਲੀਫ ਆਉਂਦੀ ਹੈ ਦਿੱਲੀ ਮੋਰਚਿਆਂ ਵਿੱਚ ਬੈਠੇ ਕਿਸਾਨਾਂ ਨੂੰ ਤਕਲੀਫ ਜ਼ਰੂਰ ਆ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਇੱਕ ਅੱਧਾ ਦਿਨ ਹੋਰ ਅਜਿਹਾ ਮੌਸਮ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ 12ਵੀਂ ਦੇ ਪੱਕੇ ਪੇਪਰ ਕਰਵਾਉਣ ਜਾਂ ਨਾ ਕਰਵਾਉਣ ਬਾਰੇ ਫੈਸਲਾ ਦੋ ਦਿਨਾਂ ਦੇ ਵਿੱਚ ਆਏਗਾ 3 ਜੂਨ ਨੂੰ ਸੁਪਰੀਮ ਕੋਰਟ ਦੇ ਵਿੱਚ ਹੁਣ ਸੁਣਵਾਈ ਹੋਵੇਗੀ ਪਹਿਲਾਂ ਸੀ ਕਿ ਕੱਲ ਦੀ ਸੁਣਵਾਈ ਦੇ ਵਿੱਚ ਕੋਈ ਨਾ ਕੋਈ ਫੈਸਲਾ ਆ ਜਾਏਗਾ ਕੇਂਦਰ ਨੇ ਸੁਪਰੀਮ ਕੋਰਟ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਦੋ ਦਿਨਾਂ ਦੇ ਵਿੱਚ ਪੇਪਰਾਂ ਬਾਰੇ ਕੋਈ ਨਾ ਕੋਈ ਫੈਸਲਾ ਲੈ ਲਵਾਂਗੇ RSS ਵੱਲੋਂ 12ਵੀਂ ਦੀ ਪ੍ਰੀਖਿਆ ਕਰਵਾਉਣ ਦੀ ਵਕਾਲਤ ਕੀਤੀ ਗਈ ਹੈ। ਐਤਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਕੀਤੀ ਅਤੇ ਕਿਹਾ ਕਿ ਦੇਸ਼ ਨੇ 70 ਸਾਲਾਂ ਦੇ ਵਿੱਚ ਇੰਨਾ ਕਦੇ ਵਿਕਾਸ ਨਹੀਂ ਕੀਤਾ ਜਿੰਨਾ ਲੰਘੇ 7 ਸਾਲਾਂ ਦੇ ਵਿੱਚ ਕੀਤਾ ਹੈ ਪਰ ਵਿੱਤੀ ਵਰੇ 2020-21 ਦੇ ਵਿੱਚ ਭਾਰਤੀ ਅਰਥਚਾਰਾ 7.3% ਦੀ ਡਿੱਗਿਆ ਹੈ ਜੀਡੀਪੀ ਹੈ ਜਿਹੜੀ ਉਸ ਦੇ ਵਿੱਚ ਕਿੰਨੀ ਗਿਰਾਵਟ ਦਰਜ ਕੀਤੀ ਗਈ ਹੈ ਚੌਥੀ ਤਿਮਾਹੀ ਦੌਰਾਨ 1.6% ਦੀ ਵਾਧਾ ਦਰਜ ਕੀਤਾ ਗਿਆ ਹੈ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦਾ ਅਰਥਚਾਰੇ ਤੇ ਹਾਲੇ ਹੋਰ ਵੀ ਅਸਰ ਪੈ ਸਕਦਾ ਹੈ ਆਰਥਿਕ ਸਲਾਹਕਾਰ ਕੇਵੀ ਸੁਬਰਾਮਨੀਅਮ ਕਹਿ ਰਹੇ ਨੇ ਕਿ ਮਹਾਮਾਰੀ ਦੀ ਦੂਸਰੀ ਲਹਿਰ ਦਾ ਅਰਥਚਾਰੇ ਤੇ ਵੱਡਾ ਅਸਰ ਨਹੀਂ ਹੈ ਜਿਵੇਂ ਕਿ ਪਹਿਲੀ ਲਹਿਰ ਦਾ ਪਿਆ ਸੀ ਸੁਪਰੀਮ ਕੋਰਟ ਨੇ ਵੈਕਸੀਨੇਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਾਫੀ ਸਵਾਲ ਪੁੱਛੇ ਨੇ ਝਾੜ-ਚਾਂਮ ਕੀਤੀ ਹੈ ਵਿਸਥਾਰ ਦੇ ਵਿੱਚ ਦੱਸਾਂਗੇ ਉੱਤਰ ਪ੍ਰਦੇਸ਼ ਦੇ ਵਿੱਚ ਗੰਗਾ ਨਦੀ ਚੋਂ 6 ਹੋਰ ਲਾਸ਼ਾਂ ਮਿਲੀਆਂ ਨੇ ਖਦਸ਼ਾਸ਼ਤਾਇਆ ਜਾ ਰਿਹਾ ਹੈ ਕਿ ਇਹ ਵੀ ਕਰੋਨਾ ਨਾਲ ਮਰੇ ਲੋਕਾਂ ਦੀਆਂ ਹੀ ਲਾਸ਼ਾਂ ਨੇ ਪੰਜਾਬ ਕਾਂਗਰਸ ਦੇ ਕੈਪਟਨ ਸਿੱਧੂ ਵਿਵਾਦ ਦੀ ਕਮਾਂਡ ਕਹਿੰਦੇ ਰਾਹੁਲ ਗਾਂਧੀ ਨੇ ਸਾਂਭ ਲਈ ਹੈ ਕੱਲ ਤਿੰਨ ਮੈਂਬਰੀ ਕਮੇਟੀ ਦੇ ਮੂਹਰੇ 25 ਕਾਂਗਰਸ ਦੇ ਵਿਧਾਇਕ ਅਤੇ ਹੋਰ ਲੀਡਰ ਪੇਸ਼ ਹੋਏ ਜਿਨ੍ਹਾਂ ਨੇ ਆਪਣੇ ਗਿਲੇ ਸ਼ਿਕਵੇ ਸਾਂਝੇ ਕੀਤੇ ਕਿ ਕੈਪਟਨ ਅਤੇ ਸਰਕਾਰ ਦੇ ਕੰਮਕਾਜ ਬਾਰੇ ਜਾਣਕਾਰੀ ਲਈ ਇਸ ਕਮੇਟੀ ਨੇ ਵਿਧਾਇਕਾਂ ਤੇ ਮੰਤਰੀਆਂ ਨੇ ਪੰਜਾਬ ਸਰਕਾਰ ਦੀ ਵਾਗਡੋਰ ਅਫਸਰशाही ਦੇ ਹੱਥ ਹੋਣ ਦੇ ਵੀ ਦੋਸ਼ ਲਾਏ ਯਾਨੀ ਕਿ ਕੈਪਟਨ ਕੜੀਕੀ ਦੇ ਵਿੱਚ ਫਸ ਰਹੇ ਨੇ ਵਿਧਾਇਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਦਿੱਲੀ ਵਿੱਚ ਜਿਹੜੀ ਕਾਂਗਰਸ ਦੇ ਵਿਧਾਇਕਾਂ ਤੇ ਲੀਡਰਾਂ ਨਾਲ ਬੈਠਕ ਤਾਂ 3 ਮੈਂਬਰੀ ਕਮੇਟੀ ਕਰ ਰਹੀ ਹੈ ਪਰ ਰਾਹੁਲ ਗਾਂਧੀ ਵੱਖਰੇ ਤੌਰ ਤੇ ਇਹਨਾਂ ਵਿਧਾਇਕਾਂ ਨੂੰ ਫੋਨ ਕਰ ਰਹੇ ਨੇ ਲੀਡਰਾਂ ਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਕਿ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿੰਨੇ ਵਜੇ ਫੋਨ ਕਰਨਾ ਹੈ ਫੋਨ ਤੇ ਗੱਲਬਾਤ 15 ਤੋਂ 20 ਮਿੰਟ ਤੱਕ ਕੀਤੀ ਜਾਂਦੀ ਹੈ ਮੀਟਿੰਗਾਂ ਦਾ ਸਿਲਸਿਲਾ ਅੱਜ ਵੀ ਜਾਰੀ ਰਹੇਗਾ ਜਾਣਕਾਰੀ ਇਹ ਮਿਲ ਰਹੀ ਹੈ ਕਿ ਅੱਜ ਵਿਧਾਇਕ ਪ੍ਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਿੱਲੀ ਜਾ ਸਕਦੇ ਨੇ ਹਾਲਾਂਕਿ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਸ਼ੁੱਕਰਵਾਰ ਨੂੰ ਇਸ ਕਮੇਟੀ ਦੇ ਨਾਲ ਮੁਲਾਕਾਤ ਕਰਨਗੇ ਤੇ ਆਪਣਾ ਪੱਖ ਰੱਖਣਗੇ ਉਧਰ ਪੰਜਾਬ ਸਰਕਾਰ ਸਿੱਧੂ ਦੀਆਂ ਸਰਗਰਮੀਆਂ ਤੇ ਵੀ ਪੈਣੀ ਨਜ਼ਰ ਰੱਖ ਰਹੀ ਹੈ ਸਿੱਧੂ ਕਿੱਥੇ ਜਾ ਰਹੇ ਨੇ ਕਿਧਰੋਂ ਆ ਰਹੇ ਨੇ ਪੰਜਾਬ ਸਰਕਾਰ ਦਾ ਖੁਫੀਆ ਤੰਤਰ ਇਸ ਤੇ ਪੂਰਾ ਕੰਮ ਕਰ ਰਿਹਾ ਹੈ ਪਟਿਆਲਾ ਦੀ ਯਾਦਵਿੰਦਰਾ ਕਲੋਨੀ ਦੇ ਵਿੱਚ ਜਿਹੜੀ ਸਿੱਧੂ ਦੀ ਰਿਹائش ਬਣੀ ਹੋਈ ਹੈ ਉਸ ਦੇ ird gird ਸਾਦੀ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਦਿਨ ਰਾਤ ਪਹਿਰਾ ਦੰਦੇ ਨੇ ਤੇ ਹੁਣ ਜਦੋਂ ਕਮੇਟੀ ਬਣ ਗਈ ਹੈ ਸਭ ਕੁਝ ਕਾਫੀ ਸਰਗਰਮੀ ਦੇ ਨਾਲ ਚੱਲ ਰਿਹਾ ਹੈ ਤਾਂ ਸਿੱਧੂ ਦੇ ਉੱਤੇ ਪੈਰਾ ਜਿਹੜਾ ਉਹ ਹੋਰ ਤੇਜ਼ ਕਰ ਦਿੱਤਾ ਗਿਆ ਕੱਲ ਵੀ ਸਿੱਧੂ ਆਪਣੀ ਕੋਠੀ ਤੋਂ ਬਾਹਰ ਨਿਕਲੇ ਸੀ ਸਭ ਨੂੰ ਲੱਗਿਆ ਕਿ ਸਿੱਧੂ ਦਿੱਲੀ ਗਏ ਨੇ ਪਰ ਸਿੱਧੂ ਸ਼ਾਮ ਤੱਕ ਫਿਰ ਵਾਪਸ ਆ ਸ ਆ ਗਏ ਸੀ ਤੇ ਖੁਫੀਆ ਏਜੰਸੀਆਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਸਿੱਧੂ ਆਖਰ ਗਏ ਕਿੱਧਰ ਸੀ ਕੋਟਕਪੂਰਾ ਗੋਲੀकांड ਕੇਸ ਦੀ ਜਾਂਚ ਕਰ ਰਹੀ ਨਵੀਂ ਸਿਟ ਨੇ ਚੰਡੀਗੜ੍ਹ ਦੇ ਵਿੱਚ ਸਾਬਕਾ ਪੁਲਿਸ ਮੁਖੀ ਸੁਮੇਦ ਸੈਣੀ ਤੋਂ 4 ਘੰਟਿਆਂ ਦੇ ਕਰੀਬ ਪੁੱਛ ਪੜਤਾਲ ਕੀਤੀ ਗੋਲੀकांड ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਜਾਨ ਚਲੀ ਗਈ ਸੀ ਸੈਣੀ ਤੋਂ ਪੁੱਛ ਪੜਤਾਲ ਅਜੇ ਮੌਕੇ ਕੀਤੀ ਗਈ ਹੈ ਜਦੋਂ ਬੇਅਦਬ ਕਾਹਨ ਦੇ ਦੋਸ਼ੀਆਂ ਸਜ਼ਾਵਾ ਨਾ ਦਿਵਾਉਣ ਤੋਂ ਨਾਰਾਜ਼ ਕਾਂਗਰਸ ਲੀਡਰਾਂ ਨੇ ਪਾਰਟੀ ਹਾਈ ਕਮਾਂਡ ਵੱਲੋਂ ਬਣਾਈ ਕਮੇਟੀ ਮੂਰੇ ਆਪਣਾ ਪੱਖ ਰੱਖਿਆ ਫਾਇਰਿੰਗ ਦੇ ਮਾਮਲੇ ਦੇ ਵਿੱਚ ਇਹ ਪੁੱਛਗਿੱਛ ਕੀਤੀ ਗਈ ਹੈ ਪਰ ਇਹ ਗੱਲ ਕਹਿਣ ਤੋਂ ਵੀ ਸੰਕੋਚ ਨਹੀਂ ਕੀਤਾ ਜਾ ਸਕਦਾ ਕਿ ਬੇਅਦਬੀ ਕਾਂਡ ਦੇ 6 ਸਾਲ ਬਾਅਦ ਵੀ ਜਾਂਚ ਏਜੰਸੀਆਂ ਸਿਰਫ ਪੜਤਾਲ ਤੱਕ ਹੀ ਸੀਮਿਤ ਨੇ ਸਿਰਫ ਪੁੱਛਗਿੱਛ ਕੀਤੀ ਜਾ ਰਹੀ ਹੈ ਉਸਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਤੇ ਅੱਜ 1 ਜੂਨ ਦਾ ਦਿਨ ਜਿੱਥੇ ਸਾਕਾ ਨੀਲਾ ਤਾਰਾ ਦੇ ਨਾਲ ਜੁੜਿਆ ਹੋਇਆ ਉੱਥੇ ਹੀ 2015 ਦਾ ਉਹ ਦਿਨ ਵੀ ਹੈ ਜਦੋਂ ਫਰੀਦਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰੂ ਘਰ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਕਈ ਮਹੀਨੇ ਬਾਅਦ ਜੋ ਸਰੂਪ ਦਾ ਕੁਝ ਵੀ ਥੋਫ ਪਤਾ ਨਹੀਂ ਲਾਇਆ ਗਿਆ ਪੁਲਿਸ ਦੇ ਵੱਲੋਂ ਬਾਦਲ ਸਰਕਾਰ ਦੀ ਪੁਲਿਸ ਦੇ ਵੱਲੋਂ ਤਾਂ ਅਕਤੂਬਰ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਦਿੱਤੇ ਗਏ ਸੀ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਤੇ ਪੰਥਕ ਧਿਰਾਂ ਦੇ ਵੱਲੋਂ ਬੇਅਦਬੀ ਕਾਂਡ ਦੇ 6 ਸਾਲ ਪੂਰੇ ਹੋਣ ਤੇ ਅੱਜ ਪਿੰਡ ਬਰਗਾੜੀ ਤੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਸਮਾਗਮ ਕਰਵਾਏ ਜਾਣਗੇ ਪੰਥਕ ਤੇ ਰਾ ਇਨ੍ਹਾਂ ਪਿੰਡਾਂ ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ ਸ਼੍ਰੋਮਣੀ ਕਾਲੇਦਾਨ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੁਨੇਹਾ ਦਿੱਤਾ ਹੈ ਕਿ ਸਾਰੇ ਸਿੱਖ ਕੌਮ ਅੱਜ ਪਿੰਡ ਬਰਗਾੜੀ ਪਹੁੰਚੇ ਉਧਰ ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਗੁਰੂ ਘਰ ਦੇ ਵਿੱਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਗੁਰਦੁਆਰੇ ਦੀ ਕਮੇਟੀ ਨੇ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਨੌਕਰੀ ਤੁਫਾਰ ਕਰ ਦਿੱਤਾ ਹਾਲਾਂਕਿ ਇੱਕ ਗ੍ਰੰਥੀ ਪੁਲਿਸ ਦੀ ਗ੍ਰਫਤ ਵਿੱਚ ਹੈ ਤੇ ਭਾਜਪਾ ਦੇ ਐਸ ਸੀ ਮੋਰਚੇ ਨੇ ਗ੍ਰੰਥੀ ਨੂੰ ਮੋੜ ਬਹਾਲ ਕਰਨ ਦੀ ਮੰਗ ਕੀਤੀ ਹੈ ਨੌਕਰੀ ਤੋਂ ਹਟਾਉਣ ਦਾ ਵਿਰੋਧ ਕੀਤਾ ਹੈ ਮਲੋਟ ਦੇ ਤਿੰਨ ਪਿੰਡਾਂ ਨੇ ਨਸ਼ਾ ਤਸਕਰੀ ਦੇ ਖਿਲਾਫ ਝੰਡਾ ਚੁੱਕ ਲਿਆ ਪੁਲਿਸ ਤੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਨੇ ਪਿੰਡਾਂ ਦੇ ਬੱਚੇ ਵੀ ਨਸ਼ੇ ਦੇ ਆਦੀ ਹੋ ਚੁੱਕੇ ਨੇ ਪਿੰਡ ਸ਼ਾਮਖੇੜਾ ਟਾਣੀ ਬਰਕੀ ਵਾਲਾ ਤੇ ਟਾਣੀ ਕੁੰਦਨ ਸਿੰਘ ਦੇ ਸਰਪੰਚ ਪੰਜ ਤੇ ਮੋਤਬਰਾਸਣੇ ਔਰਤਾਂ ਨੇ ਪਿੰਡ ਸ਼ਾਮਖੇੜਾ ਦੇ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਇਲਾਕੇ ਵਿੱਚ ਹੋ ਰਹੀ ਨਸ਼ਾ ਤਸਕਰੀ ਖਿਲਾਫ ਸਖਤ ਇਤਰਾਜ਼ ਕੀਤਾ ਉਹਨਾਂ ਕਬਰਵਾਲਾ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਇਨਾ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਸਾਡੇ ਪਿੰਡਾਂ ਵਿੱਚ ਸ਼ਰੇ ਆਮ ਹੈਰੋਇਨ ਵਿਕਦੀ ਹੈ ਦਰਜਨਾ ਨੌਜਵਾਨ ਮੌਤ ਦੇ ਮੂੰਹ ਜਾ ਪਏ ਨੇ ਪਿੰਡਾਂ ਦੇ 10-10 ਸਾਲਾਂ ਦੇ ਬੱਚੇ ਵੀ ਨਸ਼ੇ ਦੇ ਆਦੀ ਹੋ ਚੁੱਕੇ ਨੇ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਮਾਨਸਾ ਦੇ ਫੌਜੀ ਫਰਵਦੇয়াল ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਫੌਜ ਦੇ ਅਫਸਰਾਂ ਨੂੰ ਫੜਨ ਦੀ ਮੰਗ ਨੇ ਜ਼ੋਰ ਫੜ ਲਿਆ ਭਾਵੇਂ ਸੋਸ਼ਲ ਮੀਡੀਆ ਤੇ ਫੌਜੀ ਨੂੰ ਮਰਨ ਲਈ ਮਜਬੂਰ ਕਰਨ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੌਜ ਦੇ ਤਿੰਨ ਅਫਸਰਾਂ ਖਿਲਾਫ ਰਾਜਸਥਾਨ ਦੀ ਸੁਰਤਗੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਗ੍ਰਿਫਤਾਰੀ ਹਾਲੇ ਕੋਈ ਨਹੀਂ ਕੀਤੀ ਗਈ ਹੈ ਪਟਿਆਲਾ ਦੇ ਵਿੱਚ ਪਾਵਰ ਕਾਮ ਦੇ ਕਾਮਿਆਂ ਨੇ ਪ੍ਰਦਰਸ਼ਨ ਕੀਤਾ ਸਿਰਫ ਪਟਿਆਲਾ ਹੀ ਨਹੀਂ ਪੂਰੇ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਅਸਾਮੀਆਂ ਖਤਮ ਕਰਨ ਦੇ ਹੁਕਮ ਵਾਪਸ ਲਏ ਤੇ ਨਵੀਆਂ ਭਰਤੀਆਂ ਕਰਨ ਦੀ ਮੰਗ ਕੀਤੀ ਪੰਜਾਬ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਵੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਅਤੇ ਕਿਸਾਨੀ ਸੰਘਰਸ਼ ਦੇ ਕਾਰਨ ਸਿੱਧੀ ਬਜਾਈ ਹੇਠਲਾ ਰਕਬਾ ਇਸ ਵਾਰੀ ਵੱਧ ਗਿਆ ਹੈ ਪੰਜਾਬ ਸਰਕਾਰ ਨੇ 1 ਜੂਨ ਤੋਂ ਯਾਨੀ ਕਿ ਅੱਜ ਤੋਂ ਸਵੇਰੇ ਝੋਨੇ ਦੀ ਸਿੱਧੀ ਬਜਾਈ ਦੀ ਆਗਿਆ ਦਿੱਤੀ ਹੈ ਸਮਰਾਲਾ ਤੋਂ ਸਾਬਕਾ ਅਕਾਲੀ ਵਿਧਾਇਕ ਜਗਜੀਤ ਸਿੰਘ ਖੀਰਨੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਕੱਲ ਜਦੋਂ ਪੰਜਾਬ ਕਾਂਗਰਸ ਦੇ ਵਿਧਾਇਕ ਤੇ ਲੀਡਰ ਦਿੱਲੀ ਪਹੁੰਚੇ ਹੋਏ ਸੀ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਿੱਥੇ ਉਹਨੇ ਉਹਨਾਂ ਨੇ ਖੀਰਨੀਆਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਉੱਥੇ ਹੀ ਕਾਫੀ ਤਿੱਖੇ ਨਿਸ਼ਾਨੇ ਅਕਾਲੀਆਂ ਤੇ ਕੈਪਟਨ ਦੇ ਖਿਲਾਫ ਲਾਏ ਜਿਹੜੀ ਕਮੇਟੀ ਦੇ ਨਾਲ ਮੀਟਿੰਗ ਕਰਨ ਦੇ ਲਈ ਦਿੱਲੀ ਗਏ ਵਿਧਾਇਕਸ ਇਹਨਾਂ ਨੂੰ ਵੀ ਕਾਫੀ ਰਗੜੇ ਲਾਏ ਮਾਨਸਨ ਦੇ ਵਿੱਚ ਕਿਸਾਨਾਂ ਨੇ ਨੰਗੇ ਧੜ ਪਰਦਰਸ਼ਨ ਕੀਤਾ ਕੇਂਦਰ ਖਿਲਾਫ ਨਾਰੇਬਾਜ਼ੀ ਕੀਤੀ ਕਰੋਨਾ ਲਈ ਸਰਕਾਰ ਦੇ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਦਾਰ ਦੱਸਿਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੂੰ ਹਰਿਆਣਾ ਵਿੱਚ ਕਿਸਾਨੀ ਲਹਿਰ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਕਰੋਨਾ ਦੇ ਹਾਲਾਤਾਂ ਬਾਰੇ ਦੱਸਿਆ ਰਾਜਪੁਰਾ ਤੋਂ ਖਬਰਾਂ ਜਿੱਥੇ ਖੇਤੀ ਕਾਨੂੰਨਾ ਖਿਲਾਫ ਬੀਜੇਪੀ ਲੀਡਰ ਪ੍ਰਵੀਨ ਛਾਬੜਾ ਨੇ ਵੀ ਕਈ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਅਸਤੀਫਾ ਦੇ ਦਿੱਤਾ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਡਟਣ ਦਾ ਛਾਬੜਾ ਨੇ ਐਲਾਨ ਕਰ ਦਿੱਤਾ ਹੜਤਾਲਾਂ ਦੇ ਬਾਵਜੂਦ ਸੂਬਾ ਕਾ ਤੋਂ ਮੰਗਾ ਪ੍ਰਤੀ ਕੋਈ ਹੰਗਾਰਾ ਨਾ ਮਿਲਣ ਤੋਂ ਪਰੇਸ਼ਾਨ ਡੀਸੀ ਦਫ਼ਤਰ ਕਰਮਚਾਰੀਆਂ ਨੇ ਕੱਲ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਤਹਿਸੀਲ ਪੱਦਰ ਤੇ ਕੈਪਟਨ ਸਰਕਾਰ ਗੁੰਮ ਹੈ ਲੱਭੋ ਲੱਭੋ ਜੇ ਕਿਤੇ ਮਿਲੇ ਤਾਂ ਦੱਸਣਾ ਇਹ ਲਿਖੇ ਹੋਏ ਰੰਗਦਾਰ ਪੋਸਟਰ ਲਾ ਕੇ ਰੋਸ ਮੁਜ਼ਾਹਰਾ ਕੀਤਾ ਉਧਰ ਪੱਛਮੀ ਬੰਗਾਲ ਵਿੱਚ ਮਮਤਾ ਬਨਰਜੀ ਤੇ ਕੇਂਦਰ ਸਰਕਾਰ ਦੇ ਵਿਚਾਲੇ ਟਕਰਾਅ ਹੋਰ ਤਿੱਖਾ ਹੋ ਗਿਆ ਹੈ ਮਮਤਾ ਨੇ ਸੇਵਾਮੁਕਤੀ ਤੋਂ ਬਾਅਦ ਅਲੱਪਨ ਨੂੰ 3 ਸਾਲਾਂ ਦੇ ਲਈ ਮੁਖ ਸਲਾਹਕਾਰ ਲਾਇਆ ਹੈ ਪਿਛਲੇ ਦਿਨੀ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਦੇ ਵਿੱਚ ਮਮਤਾ ਵੀ ਨਹੀਂ ਸ਼ਾਮਲ ਹੋਏ ਤੇ ਜਿਹੜੇ ਸਲਾਹਕਾਰ ਹੈਗੇ ਨੇ ਬੰਦੋਪਾਧਿਆਏ ਉਹ ਵੀ ਸ਼ਾਮਲ ਨਹੀਂ ਹੋਏ ਜਿਸ ਤੋਂ ਬਾਅਦ ਦੀ ਸਰਕਾਰ ਨੇ ਅੱਜ ਦਿੱਲੀ ਵਿੱਚ ਰਿਪੋਰਟ ਕਰਨ ਦੇ ਹੁਕਮ ਬੰਦੋਪਾਧਿਆਏ ਨੂੰ ਛਾੜ ਦਿੱਤੇ ਮਮਤਾ ਨੇ ਕਿਹਾ ਕਿ ਹੁਕਮ ਵਾਪਸ ਲਏ ਜਾਣ ਚੰਡੀਗੜ੍ਹ ਦੇ ਵਿੱਚ 31 ਮਈ ਤੱਕ ਲਾਈਆਂ ਗਈਆਂ ਪਾਬੰਦੀਆਂ ਨੂੰ 9 ਜੂਨ ਤੱਕ ਵਧਾ ਦਿੱਤਾ ਗਿਆ ਹੈ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਣਗੀਆਂ ਪਹਿਲਾਂ 3 ਵਜੇ ਤੱਕ ਖੁੱਲ ਸਕਦੀਆਂ ਸੀ ਸੈਲੂਨ ਖੋਲਣ ਦੀ ਵੀ ਆਗਿਆ ਦੇ ਦਿੱਤੀ ਗਈ ਹੈ ਸਪੋਰਟਸ ਕੰਪਲੈਕਸ ਖੋਲ ਦਿੱਤੇ ਗਏ ਨੇ সুইমিং ਪੂਲ ਤੇ ਜਿਮ ਹਾਲੇ ਤੱਕ ਬੰਦ ਰਹਿਣਗੇ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ 5G ਟੈਕਨੋਲੋਜੀ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਫਿਲਮ ਅਦਾਕਾਰਾ ਜੂਹੀ ਚਾਵਲਾ 5G ਟੈਕਨੋਲੋਜੀ ਦੇ ਖਿਲਾਫ ਮਿੱਲੀ ਹਾਈ ਕੋਰਟ ਪਹੁੰਚੀ ਹੈ ਸ਼ਿਕਾਇਤ ਦਰਜ ਕਰਵਾਈ ਹੈ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ ট্রਾਇਲ ਨਾ ਕੀਤੇ ਜਾਣ ਇਸ ਦੀ ਮੰਗ ਕੀਤੀ ਹੈ ਕਿਹਾ ਹੈ ਕਿ 5G ਟੈਕਨੋਲੋਜੀ ਸਿਹਤ ਤੇ ਸੁਰੱਖਿਆ ਦੇ ਲਈ ਖਤਰਾ ਹੈ ਜੁਹੀ ਚਾवला ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਬਚਾਉਣ ਦੇ ਲਈ ਕੰਮ ਕਰ ਰਹੀ ਹੈ ਸਰਗਰਮ ਰਹਿੰਦੀ ਹੈ ਐਕਟਿਵ এনवायरमेंटਲਿਸਟ ਮੰਨੀ ਜਾ ਰਹੀ ਹੈ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਲੈ ਕੇ ਕੀ ਫੈਸਲਾ ਹੋਇਆ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਦੱਸਿਆ ਹੈ ਕਿ CBSE ਤੇ ICSE ਦੀ 12ਵੀਂ ਜਮਾਤ ਦੀ ਪ੍ਰੀਖਿਆ ਕੋਰੋਨਾ ਮਹਾਮਾਰੀ ਦੌਰਾਨ ਕਰਵਾਉਣ ਸੰਬੰਧੀ ਫੈਸਲਾ ਅਸੀਂ 2 ਦਿਨਾਂ ਦੇ ਵਿੱਚ ਕਰ ਲਵਾਂਗੇ ਸੋ ਹਾਲੇ ਵੀ ਯਾਨੀ ਕਿ 12ਵੀਂ ਜਮਾਤ ਦੇ ਬੱਚਿਆਂ ਨੂੰ ਉਡੀਕਣਾ ਪਏਗਾ 2 ਦਿਨ ਹੋਰ ਉਡੀਕਣਾ ਪਏਗਾ ਪਹਿਲਾਂ ਇਹ ਲੱਗਦਾ ਸੀ ਕਿ 1 ਜੂਨ ਤੱਕ ਕੋਈ ਨਾ ਕੋਈ ਫੈਸਲਾ ਆ ਜਾਏਗਾ ਪਰ ਹਲੇ ਫੈਸਲਾ ਨਹੀਂ ਆਇਆ اٹਾਰਨੀ ਜਨਰਲ ਕੇ ਕੇ ਵਿਣੂ ਗੋਪਾਲ ਨੇ ਜਸਟਿਸ ਏ ਐਮ ਖਾਨ ਵਿਲਕਰ ਦੀ ਅਗਵਾਈ ਵਾਲੇ ਬੈਂਚ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਹਲੇ ਟਾਲ ਦਿੱਤੀ ਜਾਵੇ ਅਦਾਲਤ ਨੇ ਕਿਹਾ ਕਿ ਵਿਦਿਆਰਥੀ ਉਮੀਦ ਕਰ ਰਹੇ ਨੇ ਕਿ ਇਸ ਵਾਰ ਵੀ ਪਿਛਲੇ ਸਾਲ ਦੀ ਪਾਲਿਸੀ ਲਾਗੂ ਕੀਤੀ ਜਾਵੇਗੀ ਪਰ ਜੇ ਸਰਕਾਰ ਪਿਛਲੇ ਸਾਲ ਤੋਂ ਹਟ ਕੇ ਇਹਨਾਂ ਪੇਪਰਾਂ ਬਾਰੇ ਕੋਈ ਫੈਸਲਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਕਾਰਨ ਦੱਸਨੇ ਪੈਣਗੇ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 3 ਜੂਨ ਤੇ ਪਾ ਦਿੱਤੀ ਹੈ ਸੋ 3 ਜੂਨ ਨੂੰ ਹੋਰ ਉਡੀਕ 2 ਦਿਨਾਂ ਦੀ ਕਰਨੀ ਪਵੇਗੀ 1 ਜੂਨ ਤੇ 2 ਜੂਨ ਵਿਚਾਲੇ ਹਲੇ ਰਹਿੰਦੇ ਨੇ 3 ਜੂਨ ਨੂੰ ਦੇਖਦੇ ਹਾਂ ਕੀ ਫੈਸਲਾ ਆਏਗਾ ਪੰਜਾਬ ਕਾਂਗਰਸ ਦੇ ਅੰਦਰ ਕਮਸਾਨ ਮਚਿਆ ਹੋਇਆ ਹੈ ਇਸ ਦਰਮਿਆਨ ਸੋਨੀਆ ਗਾਂਧੀ ਪਾਰਟੀ ਹਾਈ ਕਮਾਨ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਉਸ ਕਮੇਟੀ ਨੇ ਕਾਂਗਰਸ ਦੇ 25 ਵਿਧਾਇਕਾਂ ਨੂੰ ਦਿੱਲੀ ਸੱਦਿਆ ਸੀ ਇਹਨਾਂ ਵਿਧਾਇਕਾਂ ਦੇ ਨਾਲ ਤਿੰਨ ਮੈਂਬਰੀ ਕਮੇਟੀ ਨੇ ਗੱਲਬਾਤ ਕੀਤੀ ਦਿੱਲੀ ਦਰਬਾਰ ਦੇ ਵਿੱਚ ਸਾਰੇ ਪਹੁੰਚੇ ਮੀਟਿੰਗ ਦੇ ਵਿੱਚ ਰਾਜਕੁਮਾਰ ਵੇਰਕਾ, ਓਪੀ ਸੋਨੀ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਧ, ਰਾਣਾ ਕੇਪੀ ਸਿੰਘ, ਸ਼ਾਮਸੁੰਦਰ ਅਰੋੜਾ, ਸੁਖਜਿੰਦਰ ਰੰਧਾਵਾ, ਡਾਕਟਰ ਰਾਜਕੁਮਾਰ ਚੱਬੇਵਾਲ, ਸੰਗਤ ਸਿੰਘ ਗਿਲਜੀਆਂ ਸਣੇ ਹੋਰ ਵੀ ਕਈ ਲੀਡਰ ਪਹੁੰਚੇ ਦਿੱਲੀ ਜਾ ਕੇ ਇਹਨਾਂ ਨੇ ਤਿੰਨ ਮੈਂਬਰੀ ਕਮੇਟੀ ਦੇ ਮੂਰੇ ਆਪਣਾ ਪੱਖ ਰੱਖਿਆ ਮੀਟਿੰਗ ਤੋਂ ਬਾਹਰ ਆਏ ਡਾਕਟਰ ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਕਮੇਟੀ 25-25 ਵਿਧਾਇਕਾਂ ਦੇ ਤੇ ਕਾਂਗਰਸ ਦੇ ਲੀਡਰਾਂ ਦੇ ਬੈਚ ਬਣਾ ਕੇ ਗੱਲਬਾਤ ਕਰ ਰਹੀ ਹੈ ਮਸਲਾ ਜਲਦੀ ਹੱਲ ਹੋਣ ਦੀ ਉਮੀਦ ਹੈ ਵੇਰਕਾ ਨੇ ਕਿਹਾ ਕਿ ਹਾਈ ਕਮਾਂਡ ਦੇ ਵਿੱਚ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਬਾਰੇ ਗੱਲ ਚੱਲ ਰਹੀ ਹੈ ਇਹ ਵੀ ਖਬਰ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਤੋਂ ਬਾਹਰ ਆ ਕੇ ਵੱਖਰੇ ਹੀ ਤੇਵਰ ਦਿਖਾਏ ਚਿਹਰੇ ਤੇ ਨਾਰਾਜ਼ਗੀ ਸਾਫ਼ ਦਿਸ ਰਹੀ ਸੀ ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਜੋ ਵੀ ਗੱਲ ਹੋਈ ਮੈਂ ਮੀਡੀਆ ਨਾਲ ਸਾਂਝੀ ਨਹੀਂ ਕਰਾਂਗਾ ਪਰ ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਾਂ ਬੇਅਦਬੀ ਮਸਲੇ ਦੇ ਵਿੱਚ ਜਲਦ ਕੋਈ ਸੁਣਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਕੋਈ ਐਕਸ਼ਨ ਕਰੇ ਨਾਲ ਹੀ ਉਹਨਾਂ ਕਿਹਾ ਕਿ ਮੇਰੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਸੋ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਵਾਦ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਕਦ ਛੋਟੇ ਪਾਰਟੀ ਦੇ ਵਿੱਚ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਦਾ ਨੇੜਤਾ ਦੋਵਾਂ ਦੀ ਹੈ ਹਾਈ ਕਮਾਂਡ ਦੇ ਨਾਲ ਜੇ ਸਿੱਧੂ ਦੀ ਨੇੜਤਾ ਪ੍ਰਿਆੰਕਾ ਤੇ ਰਾਹੁਲ ਨਾਲ ਹੈ ਤਾਂ ਕੈਪਟਨ ਦੀ ਨੇੜਤਾ ਸੋਨੀਆ ਗਾਂਧੀ ਦੇ ਨਾਲ ਹੈ ਸੋ ਸੁਨੀਲ ਜਾਖੜ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀ ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਬਾਰੇ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਕਿਹਾ ਕਿ ਸੀਬੀਏ ਦੀ ਇਨਕੁਆਇਰੀ ਮੰਗਣ ਵਾਲੇ ਹੁਣ ਚੁੱਪ ਕਿਉਂ ਨੇ ਉਹਨਾਂ ਕਿਹਾ ਕਿ ਜਿਹੜੀ ਮੁਸੀਬਤ ਆਉਂਦੀ ਹੈ ਕੁਦਰਤੀ ਆਫਤ ਆਉਂਦੀ ਹੈ ਉਹਦੇ ਵਿੱਚ ਮੌਕਾ ਲੱਭਣ ਵਾਲੇ ਬੇਨਕਾਬ ਹੋ ਗਏ ਨੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਵੀ ਸਾਹਮਣੇ ਆ ਜਾਣਗੇ ਉਹਨਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਗੁਰੂ ਨਾਲ ਮੱਥਾ ਲਾਉਣ ਵਾਲੇ ਨਹੀਂ ਬਚਣਗੇ ਵਿਚਾਰ ਵਖ ਹੋ ਸਕਦੇ ਨੇ ਪਰ ਕਾਂਗਰਸ ਪਾਰਟੀ ਇੱਕ ਹੈ ਸੋ ਇਸ ਮੀਟਿੰਗ ਦੇ ਦਰਮਿਆਨ ਚਰਚਾ ਇਹ ਵੀ ਚੱਲ ਰਹੀ ਹੈ ਕਿ ਮੀਟਿੰਗ ਦੇ ਵਿੱਚ ਉਪ ਮੁੱਖ ਮੰਤਰੀ ਬਣਾਏ ਜਾਣ ਤੇ ਗੱਲਬਾਤ ਹੋਈ ਹੈ ਹਾਲਾਂਕਿ ਕਿਸੇ ਵੀ ਲੀਡਰ ਨੇ ਇਸ ਦੀ ਜਿਹੜੀ ਭਿੰਨਕ ਹੈ ਉਹ ਬਾਹਰ ਆ ਕੇ ਨਹੀਂ ਦਿੱਤੀ ਹੈ ਇਹ ਵੀ ਚਰਚਾ ਕਹਿੰਦੇ ਹੋਈ ਹੈ ਕਿ ਅੰਦਰ ਮੀਟਿੰਗ ਦੇ ਵਿੱਚ ਦੋ ਉਪ ਮੁੱਖ ਮੰਤਰੀ ਲਾਏ ਜਾਣ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ ਨੇ ਕਿਉਂਕਿ ਇੱਕ ਤਾਂ ਵੇਰਕਾਂ ਨੇ ਕਹਿ ਦਿੱਤਾ ਕਿ ਮੀਟਿੰਗ ਦੇ ਵਿੱਚ ਗੱਲ ਹੋਈ ਹੈ ਕਿ ਦਲਿਤ ਉਪ ਮੁੱਖ ਮੰਤਰੀ ਲਾਇਆ ਜਾਵੇਗਾ ਹਾਲਾਂਕਿ ਇਹ ਵੀ ਜਿਹੜੇ ਦਲਿਤ ਕਾਂਗਰਸ ਦੇ ਲੀਡਰ ਨੇ ਉਹ ਮੰਗ ਕਰ ਰਹੇ ਨੇ ਕਿ ਪੰਜਾਬ 'ਚ ਦਲਿਤ ਮੁੱਖ ਮੰਤਰੀ ਬਣਾਇਆ ਜਾਵੇ ਸੋ ਦਲਿਤ ਉਪ ਮੁੱਖ ਮੰਤਰੀ ਤੇ ਦੂਸਰਾ ਉਪ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲਾਇਆ ਜਾ ਸਕਦਾ ਪਰ ਆਖਰੀ ਫੈਸਲਾ ਜਿਹੜਾ ਉਹ ਸਾਰੇ ਵਿਧਾਇਕਾਂ ਦੀ ਫੀਡਬੈਕ ਲੈਣ ਤੋਂ ਬਾਅਦ ਹੀ ਲਿਆ ਜਾਏਗਾ ਇਹ ਕਿਉਂਕਿ ਸਾਫ ਤੌਰ ਤੇ ਸਭ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵਿੱਚ ਸਨਮਾਨਯੋਗ ਵਾਪਸੀ ਚਾਹੁੰਦੇ ਨੇ ਜਿਸ ਕਰਕੇ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਮੁੱਖ ਮੰਤਰੀ ਨੂੰ ਬਦਲਣ ਵਰਗਾ ਕੋਈ ਵੀ ਮੁੱਦਾ ਇਸ ਬੈਠਕ ਦੇ ਵਿੱਚ ਸ਼ਾਮਿਲ ਨਹੀਂ ਹੈ ਹੁਣ ਇਸ ਤੋਂ ਬਾਅਦ ਅਗਲੀ ਮੀਟਿੰਗ ਹੈ ਜਿਹੜੀ ਵਿਧਾਇਕਾਂ ਦੀ ਕਮੇਟੀ ਦੇ ਨਾਲ ਉਹ ਬੁੱਧਵਾਰ ਨੂੰ ਹੋਣੀ ਹੈ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਕਾਂਗਰਸ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਿਲ ਹੋਣਗੇ ਬਾਜਵਾ ਨੇ ਇਸ ਮੀਟਿੰਗ ਤੋਂ ਪਹਿਲਾਂ ਦਾਅਵਾ ਕੀਤਾ ਹੈ ਕਿ ਮੈਂ ਇਸ ਮੀਟਿੰਗ ਦੇ ਵਿੱਚ ਫਾਰਮੂਲਾ ਨੰਬਰ 44 ਰੱਖਣ ਦਾ ਵਾਅਦਾ ਕਰਦਾ ਯਾਨੀ ਕਿ ਉਹ ਕਹਿ ਰਹੇ ਨੇ ਕਿ ਮੈਂ ਫਾਰਮੂਲਾ ਨੰਬਰ 44 ਇਸ ਮੀਟਿੰਗ ਦੇ ਵਿੱਚ ਰੱਖਾਂਗਾ ਤਾਂ ਕਿ ਲੰਬੇ ਸਮੇਂ ਤੋਂ ਚੱਲਦਾ ਜਿਹੜਾ ਕਲੇਸ਼ ਹੈ ਕਾਂਗਰਸ ਦੇ ਵਿੱਚ ਉਹ ਖਤਮ ਹੋ ਜਾਵੇ ਬਾਜਵਾ ਨੇ ਕਿਹਾ ਕਿ ਕਾਂਗਰਸ ਨੂੰ ਟਾਈਫਾਇਡ ਹੋ ਗਿਆ ਜੇ ਇਲਾਜ ਨਾ ਹੋਇਆ ਤਾਂ ਪੀਲੀਆ ਹੋ ਜਾਊਗਾ ਪੰਜਾਬ ਦੇ ਵਿੱਚ ਅਫਸਰ شاہੀ ਭਾਰੂ ਹੈ ਉਹਨਾਂ ਨੇ ਕਿਹਾ ਕਿ ਮੈਂ ਬੇਅਦਬੀ ਡਰੱਗ ਮਾਮਲੇ ਮੁਲਾਜ਼ਮਾਂ ਦੀ ਗੱਲ ਵੀ ਪਾਰਟੀ ਇਸ ਮੀਟਿੰਗ ਦੇ ਵਿੱਚ ਰੱਖੂੰਗਾ ਬਾਜਵਾ ਨੇ ਹੁਣ ਬੁੱਧਵਾਰ ਨੂੰ ਤਿੰਨ ਮੈਂਬਰੀ ਕਮੇਟੀ ਦੇ ਨਾਲ ਬੈਠਕ ਕਰਨੀ ਹੈ ਇਹ ਵੀ ਉਹਨਾਂ ਨੇ ਕਿਹਾ ਕਿ ਕਰੋਨਾ ਪ੍ਰਬੰਧਨਾਂ ਨੂੰ ਹੋਰ ਚੰਗਾ ਕਰਨ ਦੀ ਲੋੜ ਹੈ ਕੈਪਟਨ ਨੂੰ ਚਾਹੀਦਾ ਜੋ ਪਹਿਲਾਂ ਤੋਂ ਹੀ ਨੌਕਰੀਆਂ ਵਿੱਚ ਕੱਚੇ ਮੁਲਾਜ਼ਮ ਨੇ ਪਹਿਲਾਂ ਉਹਨਾਂ ਨੂੰ ਪੱਕੇ ਕਰਿਏ ਬਾਅਦ ਵਿੱਚ ਨਵੀਆਂ ਭਰਤੀਆਂ ਕਰਿਏ ਸੋ ਕਾਂਗਰਸ ਤੇ ਇਸ ਸਮਾਨ ਦੇ ਦਰਮਿਆਨ ਜਿਹੜੀ ਦਿੱਲੀ ਦੇ ਵਿੱਚ ਬੈਠਕ ਹੋਈ ਹੈ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ਜ਼ਰੂਰ ਆਪਣਾ ਰਿਐਕਸ਼ਨ ਤਾਂ ਦੇਣਾ ਹੀ ਸੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੰਸਦ ਹੈਗੇ ਨੇ ਸੰਗਰੂਰ ਤੋਂ ਤੇ ਪੰਜਾਬ ਪੰਜਾਬ ਦੇ ਵਿੱਚ ਪ੍ਰਧਾਨ ਨੇ ਪਾਰਟੀ ਦੇ ਭਗਵੰਤ ਮਾਨ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਇਸੇ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਮੀਟਿੰਗ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਾਰੀ ਪੰਜਾਬ ਸਰਕਾਰ ਤਾਂ ਦਿੱਲੀ ਬੈਠੀ ਹੈ ਸਰਕਾਰ ਆਪਣੀ ਹਾਈ ਕਮਾਂਡ ਦੇ ਬੁਲਾਵੇ ਤੇ ਦਿੱਲੀ ਬੈਠੀ ਹੈ ਚੰਗਾ ਹੁੰਦਾ ਜੇ ਪੰਜਾਬ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਵਾਉਣ ਲਈ ਦਿੱਲੀ ਜਾਂਦੀ 6 ਮਹੀਨਿਆਂ ਤੋਂ ਕਿਸਾਨ ਦਿੱਲੀ ਬੈਠੇ ਨੇ ਚੰਗਾ ਹੁੰਦਾ ਕਾਂਗਰਸ ਦੇ ਕੈਬਨਟ ਮੰਤਰੀ ਤੇ ਵਿਧਾਇਕ ਦਿੱਲੀ ਜਾ ਕੇ ਆਪਣੀ ਹਾਈ ਕਮਾਂਡ ਨੂੰ ਕਹਿੰਦੇ ਕਿ ਮੋਦੀ ਸਰਕਾਰ ਨਾਲ ਗੱਲ ਕਰਕੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਵਾਇਆ ਜਾਵੇ ਪਰ ਇਹ ਦਿੱਲੀ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਜਾਂ ਫਿਰ ਨਵੀਆਂ ਕੁਰਸੀਆਂ ਡਾਉਣ ਵਾਸਤੇ ਗਏ ਨੇ ਚੰਗਾ ਹੁੰਦਾ ਜੇ ਪੰਜਾਬ ਸਰਕਾਰ ਦਿੱਲੀ ਸੂਬੇ ਲਈ ਕਰੋਨਾ ਵੈਕਸੀਨੇਸ਼ਨ ਵੈਂਟੀਲੇਟਰ ਆਈਸੀਯੂ ਬੈਡਾਂ ਦਾ ਪ੍ਰਬੰਧ ਕਰਨ ਵਾਸਤੇ ਜਾਂਦੀ 17 ਜ਼ਿਲ੍ਹਿਆਂ ਦੇ ਵਿੱਚ ਤਾਂ ਕੋਈ ਬੈੱਡ ਹੀ ਨਹੀਂ ਹੈਗਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਲਵਾਰਿਸ ਛੱਡ ਦਿੱਤਾ ਭਗਵੰਤ ਮਾਨ ਨੇ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੈਪਟਨ ਨੇ ਪਿੰਡਾਂ ਵਿੱਚ ਕਹਿ ਤਾਂ ਦਿੱਤਾ ਕਿ ਜਿਹੜਾ ਪਿੰਡ 100% ਦੀ ਵੈਕਸੀਨੇਸ਼ਨ ਕਰਵਾਏਗਾ ਉਸ ਨੂੰ 10 ਲੱਖ ਰੁਪਏ ਦੀ ਮੈਂ ਗ੍ਰਾਂਟ ਦੇਵਾਂਗਾ ਪਰ ਇਹ ਟੀਕੇ ਮਿਲਦੇ ਕਿੱਥੋਂ ਨੇ ਕੀ ਲੋਕ ਆਪਦੇ ਘਰੇ ਟੀਕੇ ਬਣਾ ਕੇ ਲਾਉਣ ਲੱਗ ਜਾਣ ਟੀਕੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਹੈ ਨਹੀਂ ਤਾਂ ਫਿਰ ਲਗਵਾਉਣਗੇ ਕਿੱਥੋਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਟੀਕੇ ਵੈਸੇ ਹੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ ਡਿਸਪੈਂਸਰੀਆਂ ਬੰਦ ਪਈਆਂ ਨੇ ਮੁਲਾਜ਼ਮ ਹੜਤਾਲਾਂ ਕਰ ਰਹੇ ਨੇ ਕਿਸਾਨ ਰਾਜਿਆਂ ਦੇ ਮਹਿਲਕੇ ਰਹੇ ਨੇ ਇਹ ਕਹਿਣਾ ਹੈ ਭਗਵੰਤ ਮਾਨ ਦਾ ਪੰਜਾਬ ਦੇ ਵਿੱਚ ਸਸਤੀ ਬਿਜਲੀ ਦਾ ਪਿਛਲੇ ਦਿਨੀ ਐਲਾਨ ਹੋਇਆ ਉਤੇ ਵੀ ਭਗਵੰਤ ਮਾਨ ਨੇ ਨਿਸ਼ਾਨਾ ਲਾਇਆ ਹੈ ਕਹਿੰਦੇ ਸਾਢੇ 4 ਸਾਲਾਂ ਵਿੱਚ ਪੰਜਾਬ ਸਰਕਾਰ ਲਗਭਗ 10 ਵਾਰ ਬਿਜਲੀ ਦੀਆਂ ਕੀਮਤਾਂ ਵਧਾ ਕੇ 10 ਰੁਪਏ ਪ੍ਰਤੀ ਯੂਨਿਟ ਤੇ ਕਰਕੇ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਕਰ ਚੁੱਕੀ ਹੈ ਪੰਜਾਬ ਦੀ ਤੇ ਉਸ ਤੋਂ ਬਾਅਦ ਹੁਣ ਕਹਿ ਰਹੀ ਹੈ ਪੰਜਾਬ ਸਰਕਾਰ ਕੇ 50 ਪੈਸੇ ਬਿਜਲੀ ਦੇ ਭਾਅ ਸੀ ਘਟਾ ਰਹੇ ਹਾਂ ਉਹ ਵੀ ਸਿਰਫ 4 ਮਹੀਨਿਆਂ ਦੇ ਲਈ ਘਟਾ ਰਹੇ ਹਾਂ ਇਹ ਪੰਜਾਬ ਸਰਕਾਰ ਦਾ ਲollipops ਹੈ ਇਸ ਨੂੰ ਤੁਸੀਂ ਆਪਣੇ ਹੱਥ ਵਿੱਚ ਨਹੀਂ ਫੜਨਾ ਟਿਊਬਵੈਲਾਂ ਦੀ ਬਿਜਲੀ ਦੀ ਕੀਮਤ 1.5 ਰੁਪਏ ਯੂਨਿਟ ਵਧਾ ਦਿੱਤੀ ਗਈ ਹੈ ਸੋ ਇਹ ਭਗਵੰਤ ਮਾਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਕਹਿੰਦੇ ਪੰਜਾਬ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਹਤ ਵਿਭਾਗ ਦੇ ਵਿੱਚੋਂ ਨੌਕਰੀਆਂ ਕੱਟ ਦਿੱਤੀਆਂ ਕਿੰਨੀਆਂ ਹੀ ਅਸਾਮੀਆਂ ਖਤਮ ਕਰ ਦਿੱਤੀਆਂ ਨਾਕਾਮ ਸਾਬਤ ਹੋਈ ਹੈ ਸਰਕਾਰ ਨਾ ਬੇਅਦਬੀ ਮਾਮਲੇ ਦਾ ਇਨਸਾਫ ਦੇ ਸਕੀ ਹੈ ਨਾ ਘਰ ਘਰ ਰੁਜ਼ਗਾਰ ਛੱਡਿਆ ਭਗਵੰਤ ਮਾਨ ਨੇ ਸੁਭੀ ਬਾਦਲ ਨੂੰ ਵੀ ਨਹੀਂ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਨੇ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਸਾਰੀਆਂ ਬੱਸਾਂ ਦੇ ਵਿੱਚ ਔਰਤਾਂ ਦੇ ਲਈ ਮੁਫਤ ਸਫ਼ਰ ਕਰ ਦਿਆਂਗੇ ਕਹਿੰਦੇ ਮੈਂ ਉਹਨਾਂ ਨੂੰ ਕਹਿਣਾ ਕਿ ਹਜ਼ਾਰਾਂ ਬੱਸਾਂ ਤਾਂ ਤੁਹਾਡੀਆਂ ਹੁਣ ਵੀ ਪੰਜਾਬ 'ਚ ਚੱਲ ਰਹੀਆਂ ਨੇ ਉਹਨਾਂ ਵਿੱਚ ਮੁਫਤ ਕਰ ਦਿਓ ਸਫ਼ਰ ਇੱਕ ਵਾਰੀ ਅਸੀਂ ਮੁਫਤ ਸਫ਼ਰ ਕਰਨ ਦਾ ਟਰਾਇਲ ਤਾਂ ਵੇਖ ਲਈਏ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਫਿਰ ਝੂਠ ਕਾਂਗਰਸ ਦੇ ਵਿੱਚ ਤਾਂ ਫੁੱਟ ਪਈ ਹੋਈ ਹੈ ਹੁਣ ਕਾਂਗਰਸ ਤੋਂ ਬਾਅਦ ਪੰਜਾਬ ਦੇ ਵਿੱਚ ਨਿੱਕੀ ਜਿਹੀ ਪਾਰਟੀ ਬੀਜੇਪੀ ਦੇ ਵਿੱਚ ਵੀ ਫੁੱਟ ਨਜ਼ਰ ਆ ਰਹੀ ਹੈ ਹਾਲਾਂਕਿ ਬੀਜੇਪੀ ਕਹਿ ਰਹੀ ਹੈ ਕਿ 2022 ਦੇ ਵਿੱਚ ਅਸੀਂ ਆਪਣੇ ਦਮ ਤੇ ਸਰਕਾਰ ਬਣਾਵਾਂਗੇ ਬੀਜੇਪੀ ਲੀਡਰ ਮਾਸਟਰ ਮੋਹਨ ਲਾਲ ਨੇ ਅਸ਼ਵਨੀ ਸ਼ਰਮਾ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਜੇ ਅਸ਼ਵਨੀ ਸ਼ਰਮਾ ਦੇ ਹੱਥ ਵਿੱਚ ਕਮਾਨ ਰਹੀ ਤਾਂ ਮੈਨੂੰ ਟਿਕਟ ਨਹੀਂ ਮਿਲੇਗੀ ਮੈਨੂੰ ਪਾਰਟੀ ਵਿੱਚ 12 ਸਾਲਾਂ ਤੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜੇ ਮੈਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਮੈਂ ਕਿਸੇ ਵੀ ਉਮੀਦਵਾਰ ਨੂੰ ਹਰਾ ਸਕਦਾ ਅਸ਼ਵਨੀ ਨੇ ਮੇਰੇ ਸਾਹਮਣੇ ਸਿਆਸਤ ਦੀ ਇੱਕ ਜਹੀ ਕੰਧ ਖੜੀ ਕਰ ਦਿੱਤੀ ਹੈ ਜਿਸ ਨੂੰ ਮੈਂ ਜਾਂ ਪਾਰਟੀ ਲੰਘ ਨਹੀਂ ਸਕਦੇ ਸਿਰਫ ਅਸ਼ਵਨੀ ਸ਼ਰਮਾ ਹੀ ਲੰਘ ਸਕਦੇ ਨੇ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਪਿੰਡ હેર ਦੇ ਵਿੱਚ ਕਿਸਾਨਾਂ ਨੇ ਬੀਜੇਪੀ ਲੀਡਰ ਸ਼ਵੇਤ ਮਲਿਕ ਦਾ ਵਿਰੋਧ ਕੀਤਾ ਹੈ ਸ਼ਵੇਤ ਮਲਿਕ ਨੇ ਇਸ ਪਿੰਡ ਦੇ ਕੁਝ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਸੀ ਤੇ ਕਿਸਾਨ ਇਹ ਰਾਸ਼ਨ ਸ਼ਵੇਤ ਮਲਿਕ ਨੂੰ ਵਾਪਸ ਕਰਕੇ ਗਏ ਮਲੋੜ ਦੇ ਵਿੱਚ ਵੀ ਕੁਝ ਅਜਿਹੀਆਂ ਤਸਵੀਰਾਂ ਮਿਲੀਆਂ ਮਲੋੜ ਦੇ ਨੇੜਲੇ ਪਿੰਡ ਆਲਮ ਵਾਲਾ ਦੇ ਵਿੱਚ ਬਾਅਦ ਦੁਪਹਿਰ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਇੱਕ ਬੀਜੇਪੀ ਲੀਡਰ ਵੱਲੋਂ ਪਿੰਡ ਦੇ ਇੱਕ ਹਸਪਤਾਲ 'ਚ ਕਰੋਨਾ ਮਰੀਜ਼ਾਂ ਨੂੰ ਫਲ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਤਾ ਲੱਗਦਿਆ ਹੀ ਵੱਡੀ ਗਿਣਤੀ ਵਿੱਚ ਕਿਸਾਨ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਹਾਲਤ ਹੈ ਜਿਹੜੀ ਉਹ ਉੱਥੇ ਤਣਾਅਪੂਰਨ ਹੋ ਗਈ ਫਿਰ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਲ ਬੰਡੇ ਤੋਂ ਬਿਨਾਂ ਹੀ ਭਾਜਪੀ ਲੀਡਰਾਂ ਨੂੰ ਉਥੋਂ ਜਾਣਾ ਪਿਆ ਇਸ ਦੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਕੈਤ ਨੇ ਮਹਾਮਾਰੀ ਨੂੰ ਲੈ ਕੇ ਕਿਹਾ ਕਿ ਜੇ ਸਰਕਾਰ ਦੇ ਜਿਹੜੇ ਲੀਡਰ ਨੇ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਵਾਰੀ-ਵਾਰੀ ਸਾਨੂੰ ਕਹਿੰਦੇ ਨੇ ਵੀ ਕਰੋਨਾ ਕਰਕੇ ਤੁਸੀਂ ਆਪਣਾ ਸੰਘਰਸ਼ ਖਤਮ ਕਰ ਦਿਓ ਕਹਿੰਦੇ ਜੇ ਕਰੋਨਾ ਇੰਨੀ ਵੱਡੀ ਬਿਮਾਰੀ ਹੈ ਸਰਕਾਰ ਨੂੰ ਪਤਾ ਹੈ ਤਾਂ ਫਿਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਕਰ ਦਿੰਦੀ ਜੇ ਸਰਕਾਰ ਨੂੰ ਪਤਾ ਵੀ ਬਿਮਾਰੀ ਵੱਡੀ ਹੈ ਤੇ ਲੋਕ ਮਰ ਰਹੇ ਨੇ ਕਿਸਾਨਾਂ ਦੇ ਮੋਰਚੇ ਕਰਕੇ ਤਾਂ ਸਰਕਾਰ ਨੂੰ ਕੀ ਚਾਹੀਦਾ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹਨਾਂ ਨੂੰ ਹੱਲ ਕਰੇ ਉਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੇ ਕਿਸਾਨ ਇੱਥੇ ਕਿਉਂ ਬੈਠੇ ਨੇ ਇਸ ਕਾਰਨ ਕਰਕੇ ਬੈਠੇ ਨੇ ਇਹ ਰਾਕੇਸ਼ਟ ਕਹਿਤ ਕਹਿ ਰਹੇ ਨੇ ਕਹਿੰਦੇ ਕਿਸਾਨ ਸ਼ਾਂਤੀ ਨਾਲ ਬਹਿ ਕੇ ਧਰਨਾ ਦੇ ਰਹੇ ਨੇ ਜਾਣਗੇ ਨਹੀਂ ਗੱਲਬਾਤ ਨਾਲ ਇਸ ਤਾਲ ਕੱਢਿਆ ਜਾ ਸਕਦਾ ਹੈ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ ਸਰਕਾਰਾਂ ਸਾਡੀ ਗੱਲ ਮੰਨ ਲੈਣ ਕੋਟਪੂਰਾ ਗੋਲੀਕਾਂਡ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਹੈ ਨਵੀਂ ਐਸਆਈਟੀ ਨੇ ਘਟਨਾ ਦੇ ਸਮੇਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਬੁਲਾਇਆ ਐਸਆਈਟੀ ਨੇ ਕੋਟਪੂਰਾ ਗੋਲੀਕਾਂਡ ਵਿੱਚ ਜ਼ਖਮੀ ਪੁਲਿਸ ਅਧਿਕਾਰੀਆਂ ਨੂੰ ਵੀ ਸਦਿਆ ਬਠਿੰਡਾ ਲੁਧਿਆਣਾ ਤੇ ਪਟਿਆਲਾ ਤੋਂ ਕੁਝ ਹਾਦਸਿਆਂ ਦੀਆਂ ਖਬਰਾਂ ਨੇ ਬਠਿੰਡਾ ਦੇ ਜੀਦਾ ਪਿੰਡ ਦੇ ਨੇੜੇ ਬਠਿੰਡ ਸਰ ਨੈਸ਼ਨਲ ਹਾਈਵੇ ਤੇ ਐਲਪੀਜੀ ਗੈਸ ਟੈਂਕਰ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹਾਦਸਾ ਉਪਮੰਡਲ ਜੈਤੋ ਦੇ ਪਿੰਡ ਵੜਾਪਾਇ ਕਾ ਨੇੜੇ ਵਾਪਰਿਆ ਜਾਣਕਾਰੀ ਮੁਤਾਬਕ ਗੈਸ ਵਾਲਾ ਕੈਂਟਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਤੋਂ ਜੰਮੂ ਜਾ ਰਿਹਾ ਸੀ ਅਚਾਨਕ ਸੜਕ ਉੱਤੇ ਕੈਂਟਰ ਪਲਟਣ ਤੋਂ ਪਿਛੋਂ ਉਸ ਵਿੱਚੋਂ ਗੈਸ ਦਾ ਰਿਸਾਅ ਸ਼ੁਰੂ ਹੋ ਗਿਆ ਤੇ ਬੈਟਰੀ ਸਪਾਰਕ ਕਰਨ ਕਰਕੇ ਅੱਗ ਲੱਗ ਗਈ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਸ ਦੀ ਰੌਸ਼ਨੀ ਦੂਰ ਦੁਰਾਡੇ ਤੱਕ ਦਿਖਾਈ ਦੇ ਰਹੀ ਸੀ ਇਸ ਦਰਾਂ ਨੇੜਲੇ ਖੇਤਾਂ ਵਿੱਚ ਪਾਣੀ ਲਾ ਰਹੇ ਕਿਸਾਨ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਡਰਾਈਵਰ ਨੂੰ ਸਾਂਭਿਆ ਬਠਿੰਡਾ ਫਰੀਦਕੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਅੱਗ ਤੇ ਕਾਬੂ ਪਾਇਆ ਗਿਆ ਹਾਦਸੇ ਦੌਰਾਨ ਗੈਸ ਟੈਂਕਰ ਸੜ ਕੇ ਪੂਰੀ ਤਰ੍ਹਾਂ ਨਾਲ ਸੁਆਹ ਹੋ ਗਿਆ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਜਿਹੜਾ ਪੁਖਤਾ ਪਤਾ ਨਹੀਂ ਲੱਗ ਸਕਿਆ ਪਰ ਗੈਸ ਲੀਕ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ ਲੁਧਿਆਣਾ ਦੇ ਵਿੱਚ ਇੱਕ ਥਾਣੇ ਦੇ ਬਾਹਰ バス ਤੇ ਟਰਾਲੀ ਵਿੱਚ ਘਾਟ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਨੇੜੇ ਖੜੇ ਮੋਟਰਸਾਈਕਲ ਵੀ ਅੱਗ ਦੀ ਚਪੇਟ ਵਿੱਚ ਆ ਗਏ ਸੀ バス ਵਿੱਚ 100 ਤੋਂ ਵੱਧ ਸਵਾਰੀਆਂ ਸਵਾਰ ਸਨ ਜਾਨੀ ਨੁਕਸਾਨ ਤੋਂ ਬਚਾਰਿਆ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਪਟਿਆਲੇ ਦੇ ਵਿੱਚ ਕਿਨਰ ਪਾਈਚਾਰੇ ਦੇ ਵੱਲੋਂ ਡੇਰਾ ਵਿਵਾਦ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਕੀਤਾ ਗਿਆ বাস ਸਟੈਂਡ ਚੌਂਕ ਨੂੰ ਜਾਮ ਕਰ ਦਿੱਤਾ ਗਿਆ ਪ੍ਰਦਰਸ਼ਨ ਦੇ ਵਿੱਚ ਕਈ ਕਿਨਰਾਂ ਦੀ ਹਾਲਤ ਵੀ ਖਰਾਬ ਹੋ ਗਈ ਸੀ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਇੱਕ ਕਿਨਰਪਾਇਚਾਰੇ ਦੇ ਦੋ ਗਰੁੱਪ ਨੇ ਇੱਕ ਗਰੁੱਪ ਸਿਮਰਨ ਮਹੰਤ ਦਾ ਦੂਸਰਾ ਅੰਬਾਲਾ ਤੋਂ ਹੈ ਦੂਸਰੇ ਗਰੁੱਪ ਨੇ ਪਹਿਲੇ ਗਰੁੱਪ ਦਾ ਡੇਰਾ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਤੇ ਕੁਝ ਦਿਨ ਪਹਿਲਾਂ ਵੀ ਦੋਵਾਂ ਗਰੁੱਪਾਂ ਦੇ ਵਿਚਾਲੇ ਲੜਾਈ ਹੋਈ ਸੀ ਪੁਲਿਸ ਕਮਿਸ਼ਨਰ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅੰਬਾਲਾ ਦੇ ਗਰੁੱਪ ਨੇ ਪਟਿਆਲਾ ਪੁਲਿਸ ਦੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪਟਿਆਲਾ ਪੁਲਿਸ ਉਹਨਾਂ ਦੀ ਮਦਦ ਨਹੀਂ ਕਰ ਰਹੀ ਪ੍ਰਦਰਸ਼ਨ ਦੇ ਵਿੱਚ ਕੁਝ ਕਿਸਾਨ ਵੀ ਸ਼ਾਮਿਲ ਹੋਏ ਸੀ ਸਾਡੇ ਮੁਲਕ ਦੇ ਵਿੱਚ ਦੇਸ਼ ਧਰੋਹ ਨੂੰ ਲੈ ਕੇ ਜਾਂ ਦੇਸ਼ ਧਰੋਹੀ ਸ਼ਬਦ ਨੂੰ ਲੈ ਕੇ ਬੜੀ ਚਰਚਾ ਹੁੰਦੀ ਰਹਿੰਦੀ ਹੈ ਪਤਾ ਨਹੀਂ ਲੱਗਦਾ ਕਿ ਮੀਡੀਆ ਕਿਹਨੂੰ ਕਦੋਂ ਦੇਸ਼த்ਰੋਹੀ ਬਣਾ ਦੇਵੇ ਜਾਂ ਸਰਕਾਰ ਤੇ ਕਾਨੂੰਨ ਕਿਹਨੂੰ ਦੇਸ਼த்ਰੋਹੀ ਬਣਾ ਦੇਣ ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਦੀ ਸਰਕਾਰ ਨੂੰ ਇਹਨਾਂ ਦੋ ਚੈਨਲਾਂ ਖਿਲਾਫ ਕਾਰਵਾਈ ਨਾ ਕਰਨ ਦੀ ਵੀ ਹਦਾਇਤ ਦਿੱਤੀ ਟੀਵੀ 5 ਅਤੇ ਏਬੀਐਨ ਆਂਧਰਾ ਜੋਤ ਖਿਲਾਫ ਦੇਸ਼த்ਰੋਹ ਦੇ ਦੋਸ਼ ਲੱਗੇ ਨੇ ਤੇਲਗੂ ਟੀਵੀ 5 ਅਤੇ ਏਬੀਐਨ ਆਂਧਰਾ ਜੋਤੀ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੇ ਖਿਲਾਫ ਦਰਜ ਹੋਈ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਕਿ ਮੀਡੀਆ ਉੱਤੇ ਰੋਕ ਲਾਉਣ ਦੇ ਸੂਬੇ ਦੇ ਕਦਮ ਦੇ ਨਾਲ ਮੀਡੀਆ ਘਰਾਣਿਆਂ ਤੇ ਬੁਰਾ ਅਸਰ ਪਵੇਗਾ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਜਾਰੀ ਕੀਤੇ ਨੇ ਕਿ ਉਹ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੇ ਪ੍ਰਵਾਸੀ ਭਾਰਤੀਆਂ ਨੂੰ ਪਹਿਲ ਦੇ ਆਧਾਰ ਤੇ ਕਰੋਨਾ ਟੀਕਾ ਲਾਏ ਜਾਣ ਵਾਲੇ ਮਾਮਲੇ ਤੇ ਫੌਰੀ ਕੋਈ ਫੈਸਲਾ ਕਰੇ ਚੀਫ ਜਸਟਿਸ ਡੀ ਐਨ ਪਟੇਲ ਤੇ ਜਸਟਿਸ ਜੋਤੀ ਸਿੰਘ ਨੇ ਕਿਹਾ ਕਿ ਐਨ ਜੀਓ ਪ੍ਰਵਾਸੀ ਲੀਗਲ ਸੈੱਲ ਦੀ ਅਪੀਲ ਤੇ ਕਾਨੂੰਨ ਨਿਯਮਾਂ ਤੇ ਸਰਕਾਰੀ ਨੀਤੀ ਮੁਤਾਬਿਕ ਫੈਸਲਾ ਲਿਆ ਜਾਵੇ ਇਸ ਤੋਂ ਪਹਿਲਾਂ ਐਨ ਜੀਓ ਵੱਲੋਂ ਕੇਂਦਰ ਨੂੰ ਮਾਮਲਾ ਸਪਸ਼ਟ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਜਵਾਬ ਨਾ ਮਿਲਣੇ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੁਝ ਮੁਲਕ ਉਹਨਾਂ ਨਾਗਰਿਕਾਂ ਨੂੰ ਆਪਣੇ ਦੇਸ਼ ਪਰਤਣ ਦੀ ਇਜਾਜ਼ਤ ਦੇ ਰਹੇ ਨੇ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਿਆ ਹੈ ਇਸ ਕਰਕੇ ਪ੍ਰਵਾਸੀ ਭਾਰਤੀਆਂ ਦਾ ਟੀਕਾਕਰਨ ਜਲਦੀ ਕੀਤਾ ਜਾਵੇ ਸੋ ਯਾਨੀ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਿਹੜੇ ਵਿਦਿਆਰਥੀ ਜਾਂ ਫਿਰ ਜਿਹੜੇ ਲੋਕ ਇਸ ਕਰਕੇ ਇੱਥੇ ਸਟਕ ਹੋਏ ਹੋਏ ਨੇ ਉਹਨਾਂ ਨੂੰ ਉੱਧਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕੀ ਨਹੀਂ ਦਿੱਤੀ ਜਾ ਰਹੀ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ ਉਹਨਾਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਪਹਿਲਵਾਨ ਸਾਗਰ ਧਨਖੜ ਕਤਲकांड ਦੇ ਵਿੱਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਹਰ ਤਰੀਕੇ ਨਾਲ ਕੇਸ ਮਜ਼ਬੂਤ ਕਰਨ ਦੇ ਲਈ ਸਬੂਤ ਪੱਕੇ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ ਤੇ ਹਰ ਪੱਖ ਤੋਂ ਮਾਮਲੇ ਦੀ ਜਾਂਚ ਦੀਆਂ ਕੜੀਆਂ ਜੋੜ ਰਹੀ ਹੈ 23 ਸਾਲਾਂ ਸਾਗਰ ਦੇ ਕਤਲ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੋ ਵਾਰੀ 올림픽ਸ ਤਗਮਾ ਜੇਤੂ ਸੁਸ਼ੀਲ ਨੂੰ ਉੱਤਰਾਖੰਡ ਦੇ ਹਰਦਵਾਰ ਲੈ ਕੇ ਗਈ ਜਿੱਥੇ ਉਹ ਆਪਣੇ ਖਿਲਾਫ ਦਰਜ ਹੋਏ ਮੁਕਦਮੇ ਤੋਂ ਬਾਅਦ ਗਾਇਬ ਹੋ ਗਿਆ ਸੀ ਉਸਦੇ ਮੋਬਾਈਲ ਦੀ ਲੋਕੇਸ਼ਨ ਉੱਤਰਾਖੰਡ ਵਿੱਚ ਪਾਇਆ ਜਾਣ ਤੋਂ ਬਾਅਦ ਸੁਸ਼ੀਲ ਦੇ ਨੇਪਾਲ ਭੱਜ ਜਾਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਸੀ ਸੂਤਰਾਂ ਮੁਤਾਬਕ ਸੁਸ਼ੀਲ ਅਤੇ ਉਸਦੇ ਸਾਥੀ ਅਜੇ ਨੂੰ ਲੁਕਣ ਦੇ ਵਿੱਚ ਮਦਦ ਦੇਣ ਵਾਲਿਆਂ ਬਾਰੇ ਵੀ ਪੁਲਿਸ ਤੱਥ ਇਕੱਠੇ ਕਰ ਰਹੀ ਹੈ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਮੁੱਢਲੀਆ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਸਾਬਜ਼ਾਦਾ ਜੀਤ ਸਿੰਘ ਨਗਰ ਮੁਹਾਲੀ ਨੂੰ ਪੰਜਾਬ ਦਾ ਮੋਰੀ ਜ਼ਿਲ੍ਹਾ ਬਣਾਇਆ ਜਾਵੇਗਾ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਕਰੀਬ 5 ਕਰੋੜ ਦੀ ਲਾਗਤ ਨਾਲ ਇੱਥੇ ਤਿੰਨ ਨਵੇਂ ਹਸਪਤਾਲ ਬਣਾਏ ਜਾਣਗੇ ਮੁਹਾਲੀ ਦੇ ਸੈਕਟਰ 69 ਦੇ ਵਿੱਚ ਸੈਕਟਰ 79 ਦੇ ਵਿੱਚ ਇਹ ਜਿਹੜੇ ਹਸਪਤਾਲ ਨੇ ਉਹ ਬਣਾਏ ਜਾਣਗੇ ਤੇ ਸਿਹਤ ਸੰਸਥਾਵਾਂ ਦੀ ਉਸਾਰੀ 4 ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਪੂਰੀ ਵੀ ਹੋ ਜਾਵੇਗੀ ਸਿਹਤ ਮੰਤਰੀ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਹਲਕੇ ਅਤੇ ਬਗੈਰ ਲੱਛਣਾਂ ਵਾਲੇ ਕੋਵਿਡ 19 ਮਾਮਲਿਆਂ ਦੇ ਘਰੇਲੂ ਇਕਾਂਤਵਾਸ ਦੇ ਬਾਰੇ ਹੁਣ ਸੋਧਦੇ ਹੋਏ ਯਾਨੀ ਕਿ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਇਹਨਾਂ ਕਿਹਾ ਕਿ ਸਿਹਤ ਮੰਤਰਾਲੇ ਦੇ ਮੁਤਾਬਕ ਘਰੇਲੂ ਇਕਾਂਤ ਵਾਸਤੇ ਅਧੀਨ ਮਰੀਜ਼ ਦੇ ਇਕਾਂਤ ਵਾਸਤੇ ਮਿਆਦ ਉਦੋਂ ਖਤਮ ਹੋਵੇਗੀ ਜਦੋਂ ਲੱਛਣ ਸਾਹਮਣੇ ਆਉਣ ਤੋਂ ਬਾਅਦ ਘੱਟੋ ਘੱਟ 10 ਦਿਨ ਬੀਤ ਜਾਣ ਤੇ 3 ਦਿਨ ਤੋਂ ਕੋਈ ਬੁਖਾਰ ਨਾ ਆਇਆ ਹੋਵੇ ਤੇ ਘਰੇਲੂ ਇਕਾਂਤ ਵਾਸਤੇ ਮਿਆਦ ਖਤਮ ਹੋਣ ਤੋਂ ਬਾਅਦ ਦੁਬਾਰਾ ਟੈਸਟਿੰਗ ਦੀ ਕੋਈ ਲੋੜ ਨਹੀਂ ਹੈ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਮਰੀਜ਼ਾਂ ਤੇ ਸੈ ਰੋਗਾਂ ਜਿਵੇਂ ਹਾਈਪਰਟੈਨਸ਼ਨ ਸ਼ੂਗਰ ਦਿਲ ਦੀ ਬਿਮਾਰੀ ਫੇਫੜਿਆਂ ਜਿਗਰ ਗੁਰਦੇ ਦੀ ਬਿਮਾਰੀ ਇਹਨਾਂ ਵਿਅਕਤੀਆਂ ਨੂੰ ਇਲਾਜ ਕਰ ਰਹੇ ਮੈਡੀਕਲ ਅਧਿਕਾਰੀ ਵੱਲੋਂ ਕਮੇ ਮੁਲਾਂਕਣ ਤੋਂ ਬਾਅਦ ਹੀ ਘਰੇਲੂ ਇਕਾਂਤਵਾਸ ਦੀ ਇਜਾਜ਼ਤ ਦਿੱਤੀ ਜਾਏਗੀ ਯਾਨੀ ਕਿ ਘਰੇ ਤੁਹਾਨੂੰ ਆਈਸੋਲੇਸ਼ਨ ਦੀ ਇਜਾਜ਼ਤ ਦਿੱਤੀ ਜਾਏਗੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਰੈਮਡਿਸਫੇਅਰ ਟੀਕਾ ਖਰੀਦਣ ਜਾਂ ਆਪਣੇ ਘਰ ਦੇ ਵਿੱਚ ਰੈਮਡਿਸਫੇਅਰ ਦਾ ਟੀਕਾ ਲਾਉਣ ਦੀ ਕੋਸ਼ਿਸ਼ ਨਾ ਕਰਨ ਲੁਧਿਆਣਾ ਦੇ ਵਿੱਚ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਦੁਕਾਨਦਾਰਾਂ ਦੇ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਲੁਧਿਆਣਾ ਦੇ ਵਿੱਚ ਕੁਝ ਛੋਟਾਂ ਦਿੱਤੀਆਂ ਨੇ ਜਿਹੜੀਆਂ ਕਿ 31 ਮਈ ਤੋਂ ਲਾਗੂ ਹੋ ਰਹੀਆਂ ਨੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਸਾਰੇ ਨਿੱਜੀ ਅਦਾਰਿਆਂ ਨਿੱਜੀ ਦਫ਼ਤਰਾਂ ਤੇ ਸਾਰੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ ਯਾਨੀ ਕਿ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਸਾਰੀਆਂ ਖੁੱਲ ਸਕਦੀਆਂ ਨੇ ਬਾਕੀ ਦੇ ਜਿਹੜੇ ਨਿਯਮ ਹੈਗੇ ਨੇ ਉਹ ਤੁਸੀਂ ਲੁਧਿਆਣਾ ਡੀਪੀਆਰਓ ਦੇ ਟਵਿੱਟਰ ਪੇਜ ਤੇ ਜਾ ਕੇ ਵੀ ਦੇਖ ਸਕਦੇ ਹੋ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਵਿੱਚ 6 ਹੋਰ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੀਆਂ ਲਾਸ਼ਾਂ ਮਿਲੀਆਂ ਨੇ ਫਤਿਹਪੁਰ ਦੇ ਐਸ ਡੀ ਐਮ ਪ੍ਰਮੋਦ ਝਾਣੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੰਗਾ ਦੇ ਵਿੱਚ ਕੁਝ ਲਾਸ਼ਾਂ ਤੈਰਦੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਰਲ ਕੇ ਇਹ 6 ਲਾਸ਼ਾਂ ਗੰਗਾ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ ਉਨ੍ਹਾਂ ਦੱਸਿਆ ਕਿ ਲਾਸ਼ਾਂ ਗਲ ਗਈਆਂ ਨੇ ਹਲੇ ਇਹਨਾਂ ਦੀ ਪਛਾਣ ਨਹੀਂ ਹੋ ਸਕੀ ਐ ਇਸ ਤੋਂ ਪਹਿਲਾਂ ਇਸੇ ਮਹੀਨੇ ਮਈ ਮਹੀਨੇ ਦੇ ਵਿੱਚ ਵੱਖ-ਵੱਖ ਥਾਵਾਂ ਤੋਂ 52 ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਅਤੇ ਆਮ ਲੋਕ ਤੇ ਮੀਡੀਆ ਅਦਾਰੇ ਇਹਨਾਂ ਦੀ ਗਿਣਤੀ 2000 ਤੱਕ ਦੱਸਦੇ ਨੇ ਤਸਵੀਰਾਂ ਦੇ ਵਿੱਚ ਦੇਖਿਆ ਵੀ ਜਾ ਸਕਦਾ ਹੈ ਕੇਂਦਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਦੇ ਅੰਤ ਤੱਕ ਯਾਨੀ ਕਿ 2021 ਦੇ ਅੰਤ ਤੱਕ ਯੋਗ ਪਾਏ ਜਾਣ ਵਾਲੇ ਹਰ ਭਾਰਤੀ ਵਾਸੀ ਨੂੰ ਕਰੋਨਾ ਦਾ ਟੀਕਾ ਲਾ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਦੀ ਟੀਕਾ ਕਰਨ ਪਾਲਿਸੀ ਤੇ ਸਵਾਲ ਚੁੱਕੇ ਸਨ ਅਦਾਲਤ ਨੇ ਕਿਹਾ ਸੀ ਕਿ ਕੇਂਦਰ ਨੇ ਟੀਕਾ ਕਰਨ ਦੇ ਲਈ ਕੋਵਿਨ ਐਪ ਦੇ ਉੱਤੇ ਰਜਿਸਟ੍ਰੇਸ਼ਨ ਜ਼ਰੂਰੀ ਕੀਤੀ ਹੈ ਜਦਕਿ ਕਈ ਥਾਵਾਂ ਤੇ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਸਲਿਸਟਰ ਜਨਰਲ ਨੇ ਅਦਾਲਤ ਦੇ ਬੈਂਚ ਨੂੰ ਦੱਸਿਆ ਕਿ ਕੇਂਦਰ ਵੱਲੋਂ ਫਾਈਜ਼ਰ ਤੇ ਹੋਰ ਕੰਪਨੀਆਂ ਦੇ ਟੀਕੇ ਮੰਗਵਾਉਣ ਸੰਬੰਧੀ ਗੱਲ ਚੱਲ ਰਹੀ ਹੈ ਜੇ ਇਸ ਸਿਰੇ ਚੜਦੀ ਹੈ ਤਾਂ ਇਸ ਸਾਲ ਦੇ 2021 ਤੱਕ ਦਸੰਬਰ 2021 ਤੱਕ ਟੀਕਾਕਰਨ ਮੁਹਿੰਮ ਅਸੀਂ ਮੁਕੰਮਲ ਕਰ ਲਵਾਂਗੇ ਇਸੇ ਦਰਮਿਆਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਟੀਕਾਕਰਨ ਦੀ ਦੋਹਰੀ ਨੀਤੀ ਤੇ ਵੀ ਸਵਾਲ ਚੁੱਕੇ ਨੇ ਸੁਪਰੀਮ ਕੋਰਟ ਨੇ ਕਿਹਾ ਪੁੱਛਿਆ ਕਿ ਪੂਰੇ ਦੇਸ਼ ਦੇ ਵਿੱਚ ਵੈਕਸੀਨ ਦੀਆਂ ਵੱਖਰੀਆਂ ਵੱਖਰੀਆਂ ਕੀਮਤਾਂ ਕਿਉਂ ਨੇ ਪੂਰੇ ਦੇਸ਼ ਦੇ ਲਈ ਵੈਕਸੀਨ ਦਾ ਇੱਕ ਭਾਗ ਕੀਤੇ ਜਾਣ ਦੀ ਲੋੜ ਹੈ ਜਸਟਿਸ ਚੰਦਰ ਚੂੜ ਦੇ ਬੈਂਚ ਨੇ ਕੇਂਦਰ ਸਰਕਾਰ ਨੂੰ ਇਹ ਤਿੱਖਾ ਸਵਾਲ ਕੀਤਾ ਹੈ ਅਦਾਲਤ ਨੇ ਕਿਹਾ ਕਿ ਕੇਂਦਰ ਦਾ ਕਹਿਣਾ ਹੈ ਕਿ ਇੱਕ ਮੁਸ਼ਤ ਖਰੀਦਦਾਰੀ ਕਰਨ ਦੀ وجہ ਨਾਲ ਸਾਨੂੰ ਘੱਟ ਕੀਮਤਾਂ ਦੇ ਵਿੱਚ ਵੈਕਸੀਨ ਮਿਲ ਰਹੀ ਹੈ ਜੇ ਵਾਜਿਬ ਦਲੀਲ ਹੈ ਤਾਂ ਸੂਬਾ ਸਰਕਾਰਾਂ ਨੂੰ ਵੱਧ ਕੀਮਤਾਂ ਤੇ ਵੈਕਸੀਨ ਕਿਉਂ ਖਰੀਦਣੇ ਪੈ ਰਹੀ ਹੈ ਪੂਰੇ ਦੇਸ਼ ਵਿੱਚ ਵੈਕਸੀਨ ਦੀ ਇੱਕੋ ਜਿਹੀ ਕੀਮਤ ਹੋਣੀ ਚਾਹੀਦੀ ਹੈ ਬੱਚਿਆਂ ਦੇ ਵਿੱਚ ਇੱਕ ਨਵੀਂ ਬਿਮਾਰੀ ਫੈਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਕੋਵਿਡ 19 ਸਾਰਸ ਕੋਵਿਡ 2 ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਬਾਰੇ ਦੁਨੀਆ ਦੇ ਸਭ ਤੋਂ ਮਸ਼ਹੂਰ ਜਨਰਲ ਦ ਲੈਸੈਂਟ ਦੇ ਮੁਤਾਬਕ ਮਲਟੀ ਸਿਸਟਮ ਇਨਫਰਮੇਟਰੀ ਸਿੰਡਰੋਮ ਯਾਨੀ ਕਿ ਐਮ ਆਈ ਐਸ ਸੀ ਨਾਂ ਦਾ ਰੋਗ ਬੱਚਿਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਹਾ ਹੈ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਬੱਚੇ ਵਿੱਚ ਇਸ ਬਿਮਾਰੀ ਦੇ ਲੱਛਣ ਦਿਸੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਲੋਕ ਕਰੋਨਾ ਤੋਂ ਠੀਕ ਹੋ ਰਹੇ ਹਨੇ ਪਰ ਬੱਚਿਆਂ ਵਿੱਚ ਇਸ ਬਿਮਾਰੀ ਦੇ ਕੇਸ ਵਧ ਰਹੇ ਨੇ ਏਐਨਆਈ ਦੇ ਮੁਤਾਬਿਕ 20 ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਬੱਚਿਆਂ ਦੇ ਇਸ ਬਿਮਾਰੀ ਨੂੰ ਲੈ ਕੇ ਹੁਣ ਚਿੰਤਾ ਬਣੀ ਹੋਈ ਹੈ ਇਸ ਨਾਲ 4 ਤੋਂ 18 ਸਾਲ ਤੱਕ ਦੇ ਬੱਚੇ ਪ੍ਰਭਾਵਿਤ ਹੁੰਦੇ ਨੇ ਉਹਨਾਂ ਵਿੱਚ ਇਹ ਬਿਮਾਰੀ ਜ਼ਿਆਦਾ ਦੇਖੀ ਜਾ ਰਹੀ ਹੈ ਤੇ ਇਹਦੀ ਪਛਾਣ ਕਿਵੇਂ ਹੋ ਸਕਦੀ ਹੈ ਅਮਰੀਕੀ ਸੰਸਥਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਯਾਨੀ ਕਿ ਸੀਡੀਸੀ ਮਈ 2020 ਤੋਂ ਇਸ ਬਿਮਾਰੀ ਬਾਰੇ ਪਤਾ ਲਾ ਰਹੀ ਹੈ ਖੋਜ ਕਰ ਰਹੀ ਹੈ ਬੇਸ਼ੱਕ ਇਹ ਬੜੀ ਰੇਅਰ ਬਿਮਾਰੀ ਹੈ ਕਿ ਬਹੁਤ ਘੱਟ ਬੱਚਿਆਂ ਚ ਪਾਈ ਜਾਂਦੀ ਹੈ ਪਰ ਇਹ ਖਤਰਨਾਕ ਬੋਤ ਹੈ ਇਸ ਦਾ ਅਸਰ ਬੱਚਿਆਂ ਦੇ ਦਿਲ ਫੇਫੜਿਆਂ ਅੰਤਰੀਆਂ ਦਿਮਾਗ ਤੇ ਅੱਖਾਂ ਤੇ ਹੋ ਸਕਦਾ ਹੈ ਬਿਮਾਰੀ ਦੀ ਸ਼ਿਕਾਇਤ ਵਾਲੇ ਬੱਚਿਆਂ ਦੇ ਵਿੱਚ ਗਰਦਨ ਦਾ ਦਰਦ, ਅੱਖਾਂ ਲਾਲ ਹੋਣੀਆਂ ਤੇ ਥਕਾਵਟ ਵਰਗੀਆਂ ਸ਼ਿਕਾਇਤਾਂ ਹੋ ਸਕਦੀਆਂ ਨੇ। ਬਿਮਾਰੀ ਤੇ ਖੋਜ ਕਰਨ ਵਾਲੇ ਡਾਕਟਰਾਂ ਦੇ ਮੁਤਾਬਿਕ 73% ਬੱਚਿਆਂ ਦੇ ਵਿੱਚ ਪੇਟ ਦਰਦ, ਢਿੱਡ ਦੁਖਣਾ ਤੇ 68% ਬੱਚਿਆਂ ਨੂੰ ਉਲਟੀਆਂ ਲੱਗ ਜਾਂਦੀਆਂ ਨੇ। ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਸੈਕਸ ਵਰਕਰਾਂ ਤੇ 트랜ਸਜੈਂਡਰਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਵੱਖਰਾ ਕੇਂਦਰ ਜਿਹੜਾ ਬਣਾਇਆ ਗਿਆ ਹੈ ਇਹ ਵੈਕਸੀਨੇਸ਼ਨ ਕੇਂਦਰ ਗੁਰਗਾਉਂ ਦੇ ਡੁੰਡਾ ਹੀੜਾ ਇਲਾਕੇ ਦੇ ਵਿੱਚ ਬਣਾਇਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਸੈਂਟਰ ਦੇ ਵਿੱਚ ਸੈਕਸ ਵਰਕਰਾਂ ਤੇ ਟ੍ਰਾਂਸਜੈਂਡਰਾਂ ਨੂੰ ਮੁਫਤ ਵੈਕਸੀਨ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਨਿੱਜੀ ਚੈਨਲਾਂ ਦੇ ਲਈ ਨਵੀਂ ਐਡਵਾਈਜ਼ਰੀ ਜਾਰੀ ਕਰਕੇ ਸਰਕਾਰ ਨੇ ਸਾਰੇ ਨਿੱਜੀ ਚੈਨਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਾਰ ਕੌਮੀ ਪੱਧਰ ਦੇ ਹੈਲਪਲਾਈਨ ਨੰਬਰਾਂ ਨੂੰ ਆਪਣੇ ਟੀਵੀ ਰਾਹੀਂ ਦਿਖਾ ਕੇ ਕਰੋਨਾ ਮਹਾਮਾਰੀ ਬਾਰੇ ਜਾਗਰੂਕਤਾ ਫੈਲਾਉਣ ਦੇ ਵਿੱਚ ਸਰਕਾਰ ਦੀ ਮਦਦ ਕਰਨ ਸਰਕਾਰ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕਰੋਨਾ ਮਹਾਮਾਰੀ ਨਾਲ ਜੁੜੀਆਂ ਤਿੰਨ ਚੀਜ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਇਸ ਦੇ ਵਿੱਚ ਕੋਵਿਡ ਟਰੀਟਮੈਂਟ ਪ੍ਰੋਟੋਕੋਲ ਕੋਵਿਡ ਦੇ ਲਈ ਉਚਿਤ ਵਿਵਹਾਰ ਅਤੇ ਟੀਕਾਕਰਨ ਸ਼ਾਮਿਲ ਹੈ ਸਰਕਾਰ ਨੇ ਕਿਹਾ ਹੈ ਕਿ ਵੱਖ-ਵੱਖ ਮੀਡੀਆ ਅਦਾਰੇ ਪ੍ਰਿੰਟ ਟੀਵੀ ਰੇਡੀਓ ਸੋਸ਼ਲ ਮੀਡੀਆ ਤੇ ਹੋਰ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਇਸੇ ਕਰਕੇ ਹੁਣ ਵੀ ਮੀਡੀਆ ਅਦਾਰੇ ਸਰਕਾਰ ਦੀ ਮਦਦ ਕਰਨ ਇਹਨਾਂ ਹੈਲਪਲਾਈਨਸ ਨੂੰ ਜਿਹੜਾ ਲੋਕਾਂ ਦੇ ਵਿੱਚ ਪਹੁੰਚਾਉਣ ਦੇ ਵਿੱਚ ਮਦਦ ਕਰਨ ਦੇ ਲਈ ਸੋ ਅਸੀਂ ਵੀ ਤੁਹਾਨੂੰ ਜੋ ਨੰਬਰ ਸਰਕਾਰ ਨੇ ਜਾਰੀ ਕੀਤੇ ਨੇ ਉਹ ਤੁਹਾਨੂੰ ਦੱਸ ਰਹੇ ਹਾਂ ਹੁਣ ਇਹ ਨੰਬਰ ਤੁਹਾਡੇ ਲੱਗਦੇ ਨੇ ਨਹੀਂ ਲੱਗਦੇ ਜਾਂ ਚੱਕੇ ਜਾਂਦੇ ਨੇ ਤੁਹਾਡੀ ਮਦਦ ਹੁੰਦੀ ਹੈ ਨਹੀਂ ਹੁੰਦੀ ਇਸ ਦੀ ਅਸੀਂ ਕੋਈ ਵੀ ਗਰੰਟੀ ਨਹੀਂ ਲੈ ਸਕਦੇ ਪਰ ਇਹ ਨੰਬਰ ਜ਼ਰੂਰ ਤੁਹਾਨੂੰ ਦੱਸ ਰਹੇ ਹਾਂ ਇੱਕ ਨੰਬਰ ਹੈ 1075 ਇਹ ਹੈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਹੈਲਪਲਾਈਨ ਦਾ ਨੰਬਰ ਦੂਸਰਾ ਨੰਬਰ ਹੈ 1098 ਯਾਨੀ ਕਿ 1098 ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਾ ਇਹ ਬੱਚਿਆਂ ਲਈ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ ਹੈ ਇੱਕ ਨੰਬਰ ਹੈ 14567 ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਸੀਨੀਅਰ ਸਿਟੀਜ਼ਨਸ ਦੇ ਲਈ ਯਾਨੀ ਕਿ ਬਜ਼ੁਰਗਾਂ ਦੇ ਲਈ ਇਹ ਨੰਬਰ ਹੈ ਇੱਕ ਜੇ ਕਿਸੇ ਨੂੰ ਵੀ ਮਾਨਸਿਕ ਤਣਾਅ ਹੁੰਦਾ ਹੋਵੇ ਮੈਂਟਲੀ ਤੁਸੀਂ ਡਿਸਟਰਬ ਹੋ ਤਾਂ ਇੱਕ ਹੋਰ ਨੀਮ ਹੰਸ ਦਾ ਹੈਲਪਲਾਈਨ ਨੰਬਰ ਹੈ ਇਹ ਹੈ 0804611307 ਦੁਬਾਰਾ ਦੱਸ ਦਿੰਨੇ ਆ 08046110007 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਗਲਾ ਹੁਕਮ ਦਿੱਲੀ ਹਾਈ ਕੋਰਟ ਦਾ ਹੈ ਅਤੇ ਜੁੜਿਆ ਹੋਇਆ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਲਈ ਦਿੱਲੀ ਹਾਈ ਕੋਰਟ ਨੇ ਹੁਕਮ ਦੇ ਦਿੱਤਾ ਹੈ ਕਿ ਟਵਿੱਟਰ ਨੂੰ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜਦੋਂ ਤੱਕ ਡਿਜੀਟਲ ਮੀਡੀਆ ਸੰਬੰਧੀ ਨਵੇਂ ਨਿਯਮਾਂ ਤੇ ਸਰਕਾਰ ਕੋਈ ਰੋਕ ਨਹੀਂ ਲਾ ਦਿੰਦੀ ਜਸਟਿਸ ਰੇਖਾ ਪੱਲੀ ਨੇ ਪਟੀਸ਼ਨਕਰਤਾ ਦੀ ਅਪੀਲ ਤੇ ਕੇਂਦਰ ਤੇ ਸੋਸ਼ਲ ਮੀਡੀਆ ਮੰਚ ਟਵਿੱਟਰ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿ ਹੈ ਇਸ ਤੋਂ ਪਹਿਲਾਂ ਅਮੇਤਾ ਚਾਰੀਆ ਨੇ ਦਾਵਾ ਕੀਤਾ ਸੀ ਕਿ ਟਵਿੱਟਰ ਨੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਦੂਸਰੇ ਪਾਸੇ ਟਵਿੱਟਰ ਨੇ ਅਦਾਲਤ ਕੋਲ ਆਪਣਾ ਪੱਖ ਪੇਸ਼ ਕਰਦਿਆਂ ਕਿ ਹੈ ਕਿ ਅਸੀਂ ਨਿਯਮਾਂ ਦਾ ਪਾਲਣ ਕਰਦੇ ਹੋਏ ਸ਼ਿਕਾਇਤਾਂ ਦੇ ਹੱਲ ਲਈ ਅਧਿਕਾਰੀ ਨਿਯੁਕਤ ਕੀਤਾ ਹੈ ਪਰ ਕੇਂਦਰ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ ਕਿ ਟਵਿੱਟਰ ਨੇ ਕੁਝ ਵੀ ਅਜਿਹਾ ਨਹੀਂ ਕੀਤਾ ਦਿੱਲੀ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਵੇਂ ਆਲਿਸ਼ਾਨ ਘਰ ਦੇ ਲਈ ਹੁਕਮ ਜਾਰੀ ਕੀਤਾ ਹੈ ਕਿ ਸੈਂਟਰਲ ਵਿਸਟਾ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਦਿੱਲੀ ਵਿੱਚ ਜਾਰੀ ਰਹੇਗਾ ਕਿਉਂਕਿ ਇਹ ਬਹੁਤ ਜ਼ਰੂਰੀ ਪ੍ਰੋਜੈਕਟ ਹੈ ਅਦਾਲਤ ਨੇ ਇਸ ਦੇ ਨਾਲ ਹੀ ਪਟੀਸ਼ਨਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਠੋਕ ਦਿੱਤਾ ਅਦਾਲਤ ਨੇ ਪਟੀਸ਼ਨਰ ਦੀ ਮਨਸ਼ਾ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਜਾਣਬੁੱਝ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਪੀਟੀਸ਼ਨ ਕਰਤਾ ਨੇ ਕਿਹਾ ਸੀ ਕਿ ਦਿੱਲੀ ਵਿੱਚ ਲੋਕਡਾਊਨ ਲੱਗਿਆ ਹੋਇਆ ਸਾਰੀਆਂ ਉਸਾਰੀਆਂ ਤੇ ਮੁਰੰਮਤ ਦੇ ਕੰਮ ਰੋਕ ਦਿੱਤੇ ਗਏ ਨੇ ਪਰ ਸੈਂਟਰਲ ਵਿਸਟਾ ਪ੍ਰੋਜੈਕਟ ਤੇ 500 ਤੋਂ ਵੀ ਵੱਧ ਮਜ਼ਦੂਰ ਕੰਮ ਕਰ ਰਹੇ ਨੇ ਇਸ ਨਾਲ ਕਰੋਨਾ ਦੀ ਲਾਗ ਫੈਲਣ ਦਾ ਖਤਸ਼ਾ ਹੈ ਇਸ ਕਰਕੇ ਪ੍ਰੋਜੈਕਟ ਰੋਕਿਆ ਜਾਵੇ ਤੇ ਅਦਾਲਤ ਨੇ ਕਿਹਾ ਕਿ ਅਸੀਂ ਇਸ ਨੂੰ ਰਹੀ ਰੋਕ ਸਕਦੇ ਇਹ ਬਹੁਤ ਹੀ ਜ਼ਰੂਰੀ ਪ੍ਰੋਜੈਕਟ ਹੈ ਪੈਟਰੋਲ ਤੇ ਡੀਜ਼ਲ ਦੇ ਭਾਅ ਲਗਾਤਾਰ ਵੱਧ ਰਹੇ ਨੇ ਖਾਸ ਕਰਕੇ ਮੁੰਬਈ ਚੰਨਈ ਕੋਲਕਾਤਾ ਰਾਜਸਥਾਨ ਦੇ ਕੁਝ ਸ਼ਹਿਰਾਂ ਦੇ ਵਿੱਚ ਕੀਮਤਾਂ ਹੁਣ ਤੱਕ ਦੇ ਸਭ ਤੋਂ ਉਤਲੇ ਪੱਧਰ ਤੇ ਨੇ ਮੁੰਬਈ ਵਿੱਚ ਤੇਲ 100 ਰੁਪਏ ਤੇ ਕਈ ਸ਼ਹਿਰਾਂ ਦੇ ਵਿੱਚ 90 ਰੁਪਏ ਤੋਂ ਵੀ ਵੱਧ ਭਾਅ ਤੇ ਮਿਲ ਰਿਹਾ ਹੈ ਜੇ ਆਪਾਂ ਚੰਡੀਗੜ੍ਹ ਤੇ ਪੰਜਾਬ ਦੀ ਗੱਲ ਕਰ ਲਈਏ ਚੰਡੀਗੜ੍ਹ ਵਿੱਚ ਪੈਟਰੋਲ ਦਾ ਭਾਅ 90 ਰੁਪਏ 36 ਪੈਸੇ ਡੀਜ਼ਲ 84 ਰੁਪਏ 55 ਪੈਸੇ ਪ੍ਰਤੀ ਲੀਟਰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਪੈਟਰੋਲ 90 ਰੁਪਏ 69 ਪੈਸੇ ਤੇ ਡੀਜ਼ਲ 84 ਰੁਪਏ 86 ਪੈਸੇ ਪ੍ਰਤੀ ਲੀਟਰ ਮਿਲ ਰਿਹਾ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਭ ਤੋਂ ਖੂਬਸੂਰਤ ਸੂਬਾ ਹੈ ਬ੍ਰਿਟਿਸ਼ ਕੋਲੰਬੀਆ ਪਰ ਇੱਥੇ ਬਹੁਤ ਹੀ ਘਟਿਆਕਾਰਾ ਹੋਇਆ ਇੱਕ ਸਕੂਲ ਦੇ ਵਿੱਚ ਕੈਨੇਡਾ ਦੇ ਇੱਕ ਸਕੂਲ ਦੇ ਵਿੱਚ 250 ਤੋਂ ਵੱਧ ਬੱਚਿਆਂ ਦੇ ਪਿੰਜਰ ਮਿਲੇ ਨੇ ਜਿਨ੍ਹਾਂ ਵਿੱਚੋਂ ਕੁਝ ਦੀ ਉਮਰ ਤਕਰੀਬਨ 3 ਸਾਲ ਤੱਕ ਦੀ ਹੀ ਹੈ ਇਸ ਸਮੇਂ ਇਹ ਕਿਸੇ ਸਮੇਂ ਕੈਨੇਡਾ ਦਾ ਸਭ ਤੋਂ ਵੱਡਾ ਰਹਾਇਸ਼ੀ ਸਕੂਲ ਹੁੰਦਾ ਸੀ ਇੱਥੋਂ ਦੇ ਇੱਕ ਗਰੁੱਪ ਫਰਸਟ ਨੇਸ਼ਨ ਦੀ ਮੁਖੀ ਰੋਸਨ ਕਸ਼ਮੀਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਜ਼ਮੀਨ ਹੇਠਾਂ ਵਸਤੂਆਂ ਦਾ ਪਤਾ ਲਾਉਣ ਵਾਸਤੇ ਰਡਾਰ ਦੀ ਮਦਦ ਨਾਲ ਲੰਘੇ ਹਫ਼ਤੇ ਇਹ ਪਿੰਜਰ ਮਿਲੇ ਨੇ ਕਈ ਹੋਰ ਪਿੰਜਰ ਵੀ ਮਿਲ ਸਕਦੇ ਨੇ ਕਿਉਂਕਿ ਸਕੂਲ ਦੇ ਮੈਦਾਨ ਤੇ ਇਸ ਦੇ ਇਲਾਕੇ ਦੀ ਤਲਾਸ਼ੀ ਹਾਲੇ ਲਈ ਜਾਣੀ ਹੈ ਉਹਨਾਂ ਕਿਹਾ ਕਿ ਕੰਕਾਲ ਮਿਲਣਾ ਉਹ ਵੀ ਬੱਚਿਆਂ ਦੇ ਬਹੁਤ ਹੀ ਮੰਦ ਭਾਗ ਹੈ ਇਸ ਦੀ ਕਲਪਨਾ ਦੇ ਕੀਤੀ ਨਹੀਂ ਜਾ ਸਕਦੀ ਕੈਮ ਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਨਾਮ ਦੇ ਸਕੂਲ ਦੇ ਦਸਤਾਵੇਜ਼ਾਂ ਵਿੱਚ ਕਿਤੇ ਵੀ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਦਰਅਸਲ 19ਵੀਂ ਸਦੀ ਦੇ 1970 ਦੇ ਦਹਾਕੇ ਤੱਕ ਫਰਸਟ ਨੇਸ਼ਨ ਦੇ ਡੇਢ ਲੱਖ ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ਦੇ ਵਿੱਚ ਸ਼ਾਮਲ ਕਰਨ ਦੇ ਪ੍ਰੋਗਰਾਮ ਤਹਿਤ ਸਰਕਾਰ ਦੇ ਵੱਲੋਂ ਫੰਡ ਹਾਸਲ ਈਸਾਈ ਸਕੂਲਾਂ ਦੇ ਵਿੱਚ ਪੜ੍ਹਨਾ ਪੈਂਦਾ ਸੀ ਉਹਨਾਂ ਨੂੰ ਈਸਾਈ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਆਪਣੀ ਮਾਂ ਬੋਲੀ ਨਹੀਂ ਬੋਲਣ ਦਿੱਤੀ ਜਾਂਦੀ ਸੀ ਕਈ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ ਉਹਨਾਂ ਨੂੰ ਅਪਸ਼ਬਦ ਤੱਕ ਕਹੇ ਜਾਂਦੇ ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6000 ਬੱਚਿਆਂ ਦੀ ਮੌਤ ਹੋ ਗਈ ਸੀ ਟਰੂਥ ਐਂਡ ਰੀਕੌਨਸਿਲੀਏਸ਼ਨ ਕਮਿਸ਼ਨ ਨੇ 5 ਸਾਲ ਪਹਿਲਾਂ ਸੰਸਥਾ ਦੇ ਵਿੱਚ ਬੱਚਿਆਂ ਨਾਲ ਦੁਰਵਿਵਹਾਰ ਬਾਰੇ ਰਿਪੋਰਟ ਪੇਸ਼ ਕੀਤੀ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ ਦੁਰਵਿਵਹਾਰ ਤੇ ਲਾਪਰਵਾਹੀ ਕਾਰਨ ਘੱਟ ਤੋਂ ਘੱਟ 3200 ਬੱਚਿਆਂ ਦੀ ਮੌਤ ਹੋ ਗਈ ਸੀ ਦੱਸਿਆ ਗਿਆ ਕਿ ਕੈਮਲੂਪਸ ਸਕੂਲ ਦੇ ਵਿੱਚ 1905 ਤੋਂ 1963 ਦੇ ਵਿਚਾਲੇ ਘੱਟ ਤੋਂ ਘੱਟ 51 ਬੱਚਿਆਂ ਦੀਆਂ ਮੌਤਾਂ ਹੋਈਆਂ ਕੈਨੇਡੀਆਈ ਸਰਕਾਰ ਨੇ 2008 ਦੇ ਵਿੱਚ ਸੰਸਦ ਦੇ ਵਿੱਚ ਇਸ ਬਾਰੇ ਮਾਫੀ ਵੀ ਮੰਗੀ ਸੀ ਤੇ ਸਕੂਲ ਦੇ ਵਿੱਚ ਸਰੀਰਕ ਤੇ ਜਿੰਸੀ ਸ਼ੋਸ਼ਣ ਦੀ ਗੱਲ ਸਵੀਕਾਰ ਵੀ ਕੀਤੀ ਸੀ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਮੁਖ ਆਗੂ ਜான் ਹਾਰਗਨ ਨੇ ਕਿਹਾ ਕਿ ਇਹ ਪਿੰਜਰ ਮਿਲਣ ਤੇ ਮੈਨੂੰ ਬਹੁਤ ਦੁੱਖ ਹੋਇਆ ਕਿਸਾਨਾਂ ਦੇ ਮੋਰਚਿਆਂ ਦੀ ਜਾਂਦੇ ਜਾਂਦੇ ਇੱਕ ਅਪਡੇਟ ਦੱਸਦੀ ਇਹ ਮੋਰਚਿਆਂ ਦੇ ਉੱਤੇ ਲਗਾਤਾਰ ਪੰਜਾਬ ਤੇ ਹਰਿਆਣਾ ਤੋਂ ਨੌਜਵਾਨਾਂ ਦੇ ਕਾਫਲੇ ਪਹੁੰਚ ਰਹੇ ਨੇ ਤੇ ਸਿੰਗੂ ਬਾਰਡਰ ਤੇ ਨੌਜਵਾਨਾਂ ਨੇ ਪੈਦਲ ਮਾਰਚ ਕੱਢਿਆ ਪਿਛਲੇ ਕੁਝ ਦਿਨਾਂ ਤੋਂ ਨੌਜਵਾਨਾਂ ਦੇ ਵੱਡੇ ਕਾਫਲੇ ਬਾਰਡਰ ਤੇ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੇ KFC ਤੋਂ ਲੈ ਕੇ ਸਿੰਗੂ ਬਾਰਡਰ ਮੇਨ ਸਟੇਜ ਤੱਕ ਪੈਦਲ ਮਾਰਚ ਕੱਢਿਆ ਇਸ ਮਾਰਚ ਵਿੱਚ ਨੌਜਵਾਨਾਂ ਨੇ ਸਾਰੇ ਬਜ਼ੁਰਗ ਕਿਸਾਨਾਂ ਦੀ ਜਿਹੜੀ ਸਰਗਰਮ ਕਾਰਗੁਜ਼ਾਰੀ ਹੈ ਉਹਦੀ ਸ਼ਲਾਘਾ ਕੀਤੀ ਤੇ ਇਸ ਲਹਿਰ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਵਾਅਦਾ ਕੀਤਾ ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਦਾ ਐਮਐਸਪੀ ਦੇਣ ਦਾ ਕੋਈ ਵੀ ਇਰਾਦਾ ਨਹੀਂ ਹੈ ਸਰਕਾਰ ਹਰ ਸਾਲ ਐਮਐਸਪੀ ਦਾ ਐਲਾਨ ਕਰਦੇ ਸਮੇ ਸਾਰੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਐਮਐਸਪੀ ਵਿੱਚ ਕੋਈ ਮਹੱਤਵਪੂਰਨ ਵਾਅਦਾ ਨਾ ਹੋਣਾ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ ਤੇ ਸਾਨੂੰ ਲੱਗਦਾ ਨਹੀਂ ਕਿ ਸਰਕਾਰ ਦੀ ਮਨਸ਼ਾ ਹੈ ਸਾਨੂੰ ਐਮਐਸਪੀ ਦੇਣ ਦੀ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ ਧੰਨਵਾਦ